ਮਨਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਨਮਾਂਸਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰਾ ਇਹ ਤੇ ਚਾਨਣ ਹੁੰਦਿਆ ਗੁਰ ਬਿਨ ਕੋਰਿਆਂ ਦਾ ਸਭ ਤੋਂ ਪਹਿਲਾਂ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਪੁੱਤਰਾਂ ਦੇ ਦਾਨੀ ਦੇਸ਼ ਦੇ ਦਰਦੀ ਭਾਰਤ ਦੇ ਸੱਚੇ ਸਿਪਾਈ ਗੁਜਰੀ ਦੇ ਲਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਦਾ ਬਣਾਇਆ ਹੋਇਆ ਨਾਰਾ ਬਲੰਦ ਕਰੋ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ ਸਰਬੱਤ ਦਾ ਆਪਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਕਿ ਮੈਂ ਵਾਰ ਸ਼ੁਰੂ ਕਰਾਂ ਇਹ ਦੱਸ ਲੈਣਾ ਬੜਾ ਜ਼ਰੂਰੀ ਸਮਝਦਾ ਹਾਂ ਕਿ ਇਹ ਪ੍ਰਸੰਗ ਰਿਕਾਰਡ ਕਿਉਂ ਕਰਾਇਆ ਜਾ ਰਿਹਾ ਪਹਿਲੀ ਕੈਸਟ ਜੋ ਸਾਡੀ 3021 ਆਈ ਸੀ ਉਹਦੇ ਵਿੱਚ ਵਨਗੀ ਮਾਤਰ ਬਾਬਾ ਦੀਪ ਸਿੰਘ ਸਾਹਿਬ ਦੀ ਚੜ੍ਹਾਈ ਔਰ ਇੱਕ ਆਈਟਮ ਹੋਰ ਰਿਕਾਰਡ ਕਰਾਈ ਸੀ ਬਹੁਤ ਸਾਰੇ ਸੱਜਣਾ ਵੱਲੋਂ ਖਾਸ ਕਰ ਜੋ ਦੁਬਈ ਦੀਆਂ ਚਿੱਠੀਆਂ ਨੇ ਉਹਨਾਂ ਵਿੱਚ ਇਹ ਵਰਣਨਯੋਗ ਬਾਤ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਦਾ ਏਡਾ ਵੱਡਾ ਸ਼ਹੀਦੀ ਇਤਿਹਾਸ ਤੁਸੀਂ ਗਲੋ ਲਾਉਣ ਦੀ ਗੱਲ ਕੀਤੀ ਹੈ ਮੈਂ ਉਹਨਾਂ ਸੱਜਣਾ ਨੂੰ ਚਿੱਠੀ ਰਾਹੀਂ ਵੀ ਬੇਨਤੀ ਕੀਤੀ ਸੀ ਕਿ ਇਹ ਤਾਂ ਇੱਕ ਵੰਨਗੀ ਪੇ ਸੀ ਹੁਣ ਜਦ ਇਹ ਪ੍ਰਸੰਗ ਰਿਕਾਰਡ ਕਰਾਇਆ ਜਾਏਗਾ ਕੋਈ ਆਈਟਮ ਕੋਈ ਇਹਦਾ ਹਿੱਸਾ ਬਿਆਨ ਕਰਨ ਤੋਂ ਵਾਂਝਿਆ ਨਹੀਂ ਰੱਖਿਆ ਜਾਏਗਾ ਸੋ ਅਰਜ਼ ਕਰਦਾ ਹਾਂ ਅੱਜ ਦੇ ਦੀਵਾਨ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਤਰਨਾ ਦਲ ਦੇ ਜਥੇਦਾਰ ਜਿਨ੍ਹਾਂ ਨੇ ਸਿਰ ਤੋਂ ਬਿਨਾਂ ਲੜ ਕੇ ਇਹ ਜ਼ਾਹਰ ਕੀਤਾ ਹੈ ਕਿ ਖਾਲਸਾ ਜੋ ਕਹਿੰਦਾ ਉਹ ਕਰਕੇ ਵਿਖਾ ਦਿੰਦਾ ਹੈ ਉਹਨਾਂ ਦਾ ਸਾਰਾ ਜੀਵਨ ਸਾਰਾ ਇਤਿਹਾਸ ਜੋ ਵੀ ਮੈਂ ਪੜ ਸਕਿਆ ਹਾਂ ਲਿਖ ਸਕਿਆ ਹਾਂ ਉਹ ਅੱਜ ਦੇ ਦੀਵਾਨ ਵਿੱਚ ਪੇਸ਼ ਕਰਨ ਦਾ ਯਤਨ ਕਰਾਂਗਾ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਜਿਨ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਤੋਂ ਅੰਮ੍ਰਿਤ ਛਕਿਆ ਬਹੁਤ ਸਾਰੀਆਂ ਲੜਾਈਆਂ ਬੰਦਾ ਸਿੰਘ ਬਹਾਦਰ ਨਾਲ ਉਹਨਾਂ ਨੇ ਲੜੀਆਂ ਨੇ ਜਲ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੱਖਣ ਦੇੜ ਨੂੰ ਚਲੇ ਗਏ ਬਾਬਾ ਦੀਪ ਸਿੰਘ ਜੀ ਦਮਦਮੇ ਸਾਹਿਬ ਸਾਬੋ ਕੀ ਤਲਵੰਡੀ ਗੁਰੂਕਿਆਂ ਸੰਗਤਾਂ ਦੀ ਸੇਵਾ ਕਰਨ ਵਿੱਚ ਲੁੱਝ ਗਏ ਚਾਰ ਬੀੜਾਂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੇ ਹਸਤ ਕਮਲਾਂ ਨਾਲ ਲਿਖੀਆਂ ਨੇ ਪੂਰੇ ਨਿਤਨੇਮੀ ਹਠੀ ਤੱਪੀ ਕਹਿਣ ਤੇ ਕਰਨ ਦੇ ਪੂਰੇ ਬਾਬਾ ਦੀਪ ਸਿੰਘ ਸਾਹਿਬ ਜੀ ਸੰਗਤਾਂ ਨੂੰ ਗੁਰੂ ਨਾਨਕ ਦੇ ਉਦੇਸ਼ਾਂ ਤੋਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਉਦੇਸ਼ਾਂ ਤੋਂ ਰੋਜ਼ ਜਾਣੂ ਕਰਾਰੇ ਸਨ ਸਰਕਾਰ ਇਹ ਯਤਨ ਵਿੱਚ ਸੀ ਕਿ ਕਲਗੀਆਂ ਵਾਲੇ ਮਹਾਰਾਜ ਦੀ ਪੈਦਾ ਕੀਤੀ ਹੋਈ ਸਿੱਖੀ ਕਿਸ ਢੰਗ ਨਾਲ ਖਤਮ ਕੀਤੀ ਜਾ ਸਕਦੀ ਹੈ ਉੰਨੀ ਬਾਦਸ਼ਾਹ ਮੁਸਲਮਾਨਾਂ ਦੇ ਵਕਤ ਬਾਅਦ ਵਕਤ ਹੋਏ ਨੇ ਜਿਨ੍ਹਾਂ ਸਾਰਿਆਂ ਇਹ ਹੀ ਚਾਰਾ ਕੀਤਾ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਬਣਾਈ ਹੋਈ ਸਿੱਖੀ ਨੂੰ ਕਿਹੜੇ ਟੰਗ ਨਾਲ ਖਤਮ ਕੀਤਾ ਜਾਏ ਕਿਉਂਕਿ ਹੋਰ ਕੋਈ ਹਿੰਦੁਸਤਾਨ ਦੀ ਨਹੀਂ ਦੁਨੀਆ ਦੀ ਕੌਮ ਵੀ ਮੁਗਲਾਂ ਦੇ ਸਾਹਮਣੇ ਸਿਰ ਚੁੱਕਣ ਦਾ ਯਤਨ ਨਹੀਂ ਸੀ ਕਰਦੀ ਜੇ ਕੋਈ ਅਣਖੀ ਕੌਮ ਸੀ ਉਹ ਸੀ ਖਾਲਸਾ ਕੌਮ ਜਿਨ੍ਹਾਂ ਦਾ ਨਿਸ਼ਾਨਾ ਸੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜਿਨ੍ਹਾਂ ਦੀ ਅਰਦਾਸ ਸੀ ਵੰਡ ਕੇ ਛਕਣਾ ਨਾਮ ਜਪਣਾ ਔਰ ਗਰੀਬ ਉੱਤੇ ਗਰੀਬ ਮਾਰ ਹੁੰਦੀ ਵੇਖ ਕੇ ਨਹੀਂ ਜਰਨੀ ਨਾ ਕਿਸੇ ਨੂੰ ਡਰ ਦੇਣਾ ਨਾ ਕਿਸੇ ਦਾ ਡਰ ਮੰਨਣਾ ਇਹ ਖਾਲਸੇ ਦਾ ਪਰਮ ਧਰਮ ਇੱਕ ਨਿਯਮ ਸੀ ਸੋਚਿਆ ਸਰਕਾਰ ਦੇ ਆ ਲੋਕਾਂ ਨੇ ਕਿ ਖਾਲਸਾ ਜਿੰਨਾ ਚਿਰ ਮੁੱਕਦਾ ਨਹੀਂ ਜਹਾਨ ਵਿੱਚੋਂ ਉਹਨਾਂ ਚਿਰ ਸਰਕਾਰ ਨੂੰ ਸੁੱਖ ਦੀ ਨੀਂਦ ਨਹੀਂ ਮਿਲੇਗੀ ਇਹਨਾਂ ਪ੍ਰੋਗਰਾਮ ਬਣਾਇਆ ਕਿ ਸਿੱਖ ਜਿੱਥੋਂ ਪੈਦਾ ਹੁੰਦੇ ਨੇ ਜਿੱਥੋਂ ਕੋਈ ਨਿਸ਼ਾਨਾ ਲੈਂਦੇ ਨੇ ਉਹਨਾਂ ਤੀਰਥਾਂ ਨੂੰ ਖਤਮ ਕੀਤਾ ਜਾਏ ਸਰਕਾਰ ਨੇ ਪ੍ਰੋਗਰਾਮ ਬਣਾ ਕੇ ਇਹ ਸੋਚਿਆ ਇਹ ਅੰਮ੍ਰਿਤਸਰ ਦਾ ਇੱਕ ਐਸਾ ਸਰੋਵਰ ਹੈ ਐਸਾ ਪਵਿੱਤਰ ਜਲ ਹੈ ਜਦ ਵੀ ਸਿੱਖ ਅਰਦਾਸ ਕਰਦਾ ਉਹ ਕਹਿੰਦਾ ਅੰਮ੍ਰਿਤਸਰ ਦੇ ਦਰਸ਼ਨ ਅਸ਼ਨਾਨ ਚੌਕੀਆਂ ਛੰਡੇ ਜੁਗੋ ਜੁਗ ਅਟਲ ਬਖਸ਼ੀ ਜਹਾਨ ਖਾਨ ਨੇ ਇਹ ਵਿਉਂਤ ਬਣਾ ਕੇ ਕਿ ਅੰਮ੍ਰਿਤਸਰ ਦਾ ਸਰੋਵਰ ਪੂਰ ਦਿੱਤਾ ਜਾਏ ਹਰਿ ਮੰਦਰ ਸਾਹਿਬ ਢਾ ਕੇ ਧਰਤੀ ਨਾਲ ਮਿਲਾ ਦਿੱਤਾ ਜਾਏ ਅਕਾਲ ਤਖਤ ਦਾ ਨਾਮੋ ਨਿਸ਼ਾਨ ਮਟਾ ਦਿੱਤਾ ਜਾਏ ਇਹ ਵਿਉਂਤ ਬਣਾ ਕੇ ਸਰਕਾਰ ਨੇ ਜਮਾਲ ਖਾਨ ਜਰਨੈਲ ਨੂੰ 40000 ਫੌਜ ਦੇ ਕੇ ਅੰਮ੍ਰਿਤਸਰ ਦੀ ਤਬਾਹੀ ਕਰਨ ਵਾਸਤੇ ਅੰਮ੍ਰਿਤਸਰ ਦਾ ਸਰੋਵਰ ਪੂਰਨ ਵਾਸਤੇ ਅੰਮ੍ਰਿਤਸਰ ਦਾ ਹਰੀ ਮੰਦਰ ਅਡਾਉਣ ਵਾਸਤੇ ਮੁਗਲ ਸਰਕਾਰ ਨੇ ਭੇਜ ਦਿੱਤਾ ਬਖਸ਼ੀ ਜਹਾਨ ਖਾਨ ਦੇ ਹੁਕਮ ਨਾਲ ਅੰਮ੍ਰਿਤਸਰ ਸਰੋਵਰ ਦੀ ਬਦਬੀ ਹੋਣ ਲੱਗੀ ਅੰਮ੍ਰਿਤਸਰ ਦੇ ਹਰੀ ਮੰਦਰ ਦੀ ਬਦਬੀ ਹੋਣ ਲੱਗੀ ਚਾਰਚ ਫੇਲਾ ਮੁਗਲ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਜਿਹੜਾ ਕੋਈ ਸਿੱਖ ਇਸ਼ਨਾਨ ਕਰਨੇ ਆਉਂਦਾ ਸੀ ਉਸ ਨੂੰ ਮਾਰ ਦਿੱਤਾ ਜਾਂਦਾ ਸੀ ਉਸ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ ਇੱਕ ਗੁਰੂ ਦਾ ਨਾਮ ਲੈਵਾ ਕਲਗੀਧਰ ਦਾ ਸੱਚਾ ਸਿੱਖ ਅਸ਼ਨਾਣ ਕਰਨ ਵਾਸਤੇ ਆਇਆ ਇਹਨੇ ਵੇਖਿਆ ਬਖਸ਼ੀ ਜਹਾਨ ਖਾਨ ਦੇ ਹੁਕਮ ਨਾਲ ਗੁਰੂ ਕੇ ਹਰਿਮੰਦਰ ਦੀ ਬਦਬੀ ਕੀਤੀ ਜਾ ਰਹੀ ਹੈ ਸਰੋਵਰ ਘੋੜਿਆਂ ਦੀ ਲਿੱਦ ਪਾ ਕੇ ਪੂਰਿਆ ਜਾ ਰਿਹਾ ਆਇਆ ਸੀ ਅਸ਼ਨਾਣ ਕਰਨ ਪਰ ਅਸ਼ਨਾਣ ਨਹੀਂ ਕਰ ਸਕਿਆ ਮਨ ਵਿੱਚ ਵਿਉਂਤ ਬਣਾ ਕੇ ਸਿੰਘਾਂ ਨੂੰ ਖਬਰ ਦੇਣ ਲਈ ਇਸ ਨੇ ਹੱਲਾ ਕੀਤਾ ਇਸ ਨੇ ਮਨ ਵਿੱਚ ਸਕੀਮ ਬਣਾਈ ਮੰਜ਼ਲ ਮਾਰਦਾ ਹੋਇਆ ਦਮਦਮੇ ਸਾਹਿਬ ਸਾਬੋ ਕੀ ਤਲਵੰਡੀ ਬਾਬਾ ਦੀਪ ਸਿੰਘ ਸਾਹਿਬ ਦੇ ਹਜ਼ੂਰ ਜਾ ਪਹੁੰਚਾ ਸਿੰਘਾ ਦਾ ਦੀਵਾਨ ਸੱਜਿਆ ਹੋਇਆ ਸੀ ਆਸਾ ਦੀ ਵਾਰ ਦਾ ਭੋਗ ਪਿਆ ਕਲਗੀਆਂ ਵਾਲੇ ਦੇ ਇਹ ਸਿੱਖ ਨੇ ਗਲ ਵਿੱਚ ਪੱਲਾ ਪਾ ਕੇ ਬਾਬਾ ਦੀਪ ਸਿੰਘ ਦੇ ਸਾਹਮਣੇ ਖਲੋ ਕੇ ਆਖਿਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਗੁਰੂ ਕੀ ਫਤਿਹ ਬਲਾਉਣ ਤੋਂ ਬਾਅਦ ਸਿੰਘ ਸਾਹਿਬ ਨੂੰ ਪੁੱਛਿਆ ਓ ਖਾਲਸਾ ਜੀ ਕਿਵੇਂ ਦਰਸ਼ਨ ਦਿੱਤੇ ਨੇ ਕਿਤਨੇ ਵਾਇਆਂ ਨੇ ਕਲਗੀਆਂ ਵਾਲੇ ਦੀਆਂ ਫੌਜਾਂ ਸਿੰਘ ਨੇ ਸਿਰ ਝੁਕਾ ਕੇ ਕਿਹਾ ਬਾਬਾ ਜੀ ਮੈਂ ਅੰਮ੍ਰਿਤਸਰ ਤੋਂ ਆਇਆ ਹਾਂ ਬਾਬਾ ਦੀਪ ਸਿੰਘ ਨੇ ਕਿਹਾ ਸ੍ਰੀ ਅੰਮ੍ਰਿਤਸਰ ਸਾਬ ਤੋਂ ਆਇਓ ਇਹਨੇ ਕਿਹਾ ਹਾਂ ਬਾਬਾ ਜੀ ਸ੍ਰੀ ਅੰਮ੍ਰਿਤਸਰ ਸਾਬ ਤੋਂ ਆਇਆ ਹਾਂ ਬਾਬਾ ਜੀ ਨੇ ਕਿਹਾ ਜਰਾ ਲਾਗੇ ਹੋ ਮੈਂ ਤੇਰੇ ਚਰਨਾਂ ਨੂੰ ਹੱਥ ਲਾਵਾਂ ਆਪਣੇ ਮਸਤਕ ਨੂੰ ਝੁਵਾਵਾਂ ਕਿਉਂ ਕਿ ਤੂੰ ਮੇਰੇ ਗੁਰੂ ਦੇ ਨਗਰੋਂ ਆਇਆ ਹੈ ਅੰਮ੍ਰਿਤਸਰ ਸਿਫਤੀ ਦਾ ਘਰ ਡਿੱਠੇ ਸੱਬੇ ਥਾਂ ਨਹੀਂ ਤਦ ਜਿਆ ਤੂੰ ਉਥੋਂ ਆਇਆ ਹੈ ਤੇਰੇ ਚਰਨਾਂ ਨੂੰ ਹੱਥ ਲਾ ਕੇ ਆਪਣੇ ਮਸਤਕ ਨੂੰ ਛਾ ਕੇ ਆਪਣਾ ਜੀਵਨ ਸਫਲ ਕਰਨਾ ਚਾਹੁੰਦਾ ਹਾਂ ਇਹ ਸਿੰਘ ਨੇ ਹੋਰ ਪਰੇ ਹੋ ਕੇ ਆਖਿਆ ਬਾਬਾ ਜੀ ਇਹ ਗਲਤੀ ਨਾ ਕਰਿਓ ਅੱਜ ਮੇਰੇ ਚਰਨ ਛੋਣ ਵਾਲੇ ਨਹੀਂ ਬਾਬਾ ਦੀਪ ਸਿੰਘ ਨੇ ਕਿਹਾ ਸਿੰਘਾ ਅੰਮ੍ਰਿਤਸਰ ਤੋਂ ਆਏ ਚਰਨ ਕਿਉਂ ਨਾ ਛੋਣ ਵਾਲੇ ਹੋਣ ਇਹ ਪਵਿੱਤਰ ਚਰਨ ਕਿਉਂ ਨਾ ਹੋਣ ਜਿਹੜੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਚੋਂ ਆਏ ਨੇ ਸਿੰਘ ਨੇ ਕਿਹਾ ਬਾਬਾ ਜੀ ਉਹ ਹੁੰਦੇ ਨੇ ਚਰਨ ਛੋਣ ਵਾਲੇ ਜਿਹੜੇ ਸੁਖ ਦਾ ਸੁਨਿਆ ਲੈ ਕੇ ਆਉਂਦੇ ਨੇ ਅੱਜ ਮੈਂ ਸੁਨੇਹਾ ਸੁਖਦਾ ਨਹੀਂ ਲੈ ਕੇ ਆਇਆ ਇਸ ਲਈ ਇਹ ਚਰਨ ਛੋਣ ਵਾਲੇ ਨਹੀਂ ਬਾਬਾ ਜੀ ਨੇ ਆਖਿਆ ਕੀ ਬੋਲਦਾ ਅੰਮ੍ਰਿਤਸਰ ਤੋਂ ਆਇਆ ਸ਼ੁਭ ਸੁਨੇਹਾ ਨਹੀਂ ਕੀ ਵਾਰਦਾਤ ਹੈ ਸਿੰਘ ਨੇ ਆਖਿਆ ਬਾਬਾ ਜੀ ਜਿਸ ਸਰੋਵਰ ਚੋਂ ਨਾ ਕੇ ਕਾਵਾਂ ਤੋਂ ਹੰਸ ਬਣਦੇ ਸਨ ਜਿਸ ਹਰਮੰਦਰ ਵਿੱਚ ਮੱਥਾ ਟੇਕਿਆ ਜਨਮਾਂ ਦੀ ਮਹਿਲ ਕੱਟੀ ਜਾਂਦੀ ਹੈ ਰੇਖ ਤਬਦੀਲ ਹੋ ਜਾਂਦੀ ਹੈ ਉਸ ਹਰਮੰਦਰ ਸਾਹਿਬ ਦੀਆਂ ਨੀਆਂ ਵਿੱਚ ਅਬਦਾਲੀਆਂ ਦੀ ਫੌਜ ਨੇ ਬਰੂਦ ਦੇ ਕੁੱਪੇ ਨੱਪ ਦਿੱਤੇ ਨੇ ਜੇ ਚੰਦ ਦਿਨ ਖਾਲਸਾ ਫੌਜ ਉੱਥੇ ਨਾ ਪਹੁੰਚੀ ਹਰਿਮੰਦਰ ਉਡਾ ਦਿੱਤਾ ਜਾਏਗਾ ਸਰੋਵਰ ਘੋੜਿਆਂ ਦੀ ਲਿੱਦ ਪਾ ਕੇ ਪੁਰਨਾ ਸ਼ੁਰੂ ਕੀਤਾ ਹੋਇਆ ਨਾਮੋ ਨਿਸ਼ਾਨ ਮਟਾਤੇ ਜਾਣਗੇ ਤੇਰੇ ਗੁਰੂ ਦੇ ਗੁਰਸਥਾਨਾਂ ਦੇ ਬਾਬਾ ਜੀ ਦੀਆਂ ਅੱਖਾਂ ਵਿੱਚ ਲਹੂ ਆ ਗਿਆ ਡੌਲੇ ਜੋਸ਼ ਵਿੱਚ ਫਰਕੇ ਉੱਠਿਆ ਬਾਬਾ ਦੀਪ ਸਿੰਘ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗਾ ਹੇ ਕਲਗੀਆਂ ਵਾਲਿਆ ਜਿੰਨਾ ਚਿਰ ਅਬਦਾਲੀ ਦੇ ਝੰਡੇ ਅੰਮ੍ਰਿਤਸਰ ਦੀ ਧਰਤੀ ਵਿੱਚੋਂ ਨਹੀਂ ਪੁੱਟ ਲੈਂਦਾ ਉਨਾ ਚਿਰ ਸ਼ਹੀਦੀ ਪ੍ਰਾਪਤ ਨਹੀਂ ਕਰੂੰਗਾ ਹੋਣੀ ਕੰਬੁੱਠੀ ਇਹਨੇ ਆਖਿਆ ਬਾਬਾ ਦੀਪ ਸਿੰਘਾ ਇਹ ਅਨੋਖਾ ਪਰਨਨਾ ਕਰ ਇਹ ਕਹਦੇ ਵੀ ਜੇ ਅੰਮ੍ਰਿਤਸਰ ਵਿੱਚੋਂ ਅਬਦਾਲੀ ਦੇ ਝੰਡੇ ਨਾ ਪੁੱਟੇ ਗਏ ਤੇ ਸ਼ਹੀਦੀ ਪ੍ਰਾਪਤ ਕਰ ਜਾਵਾਂਗਾ ਇਹਨੇ ਆਖਿਆ ਨਹੀਂ ਹੋਣੀਏ ਅਬਦਾਲੀ ਦੇ ਝੰਡੇ ਪੁੱਟ ਕੇ ਸ਼ਹੀਦੀ ਪਾਉਂਗਾ ਇਹਨੇ ਆਖਿਆ ਬਾਬਾ ਮੈਨੂੰ ਲੋਕ ਹੋਣੀ ਆਂਦੇ ਨੇ ਅਰਜਣ ਨੇ ਅਬ ਮੰਨੂ ਦੀ ਲੋਥ ਤੇ ਖਲੋ ਕੇ ਪਰਨ ਕੀਤਾ ਸੀ ਕਿ ਜੇ ਕੱਲ ਦਾ ਸੂਰਜ ਛਿਪਣ ਤੋਂ ਪਹਿਲਾਂ ਮੈਂ ਆਪਣੇ ਵੈਰੀ ਜੈਦਰਥ ਨੂੰ ਨਾ ਮਾਰ ਲਿਆ ਤੇ ਅੱਗ ਵਿੱਚ ਸੜ ਕੇ ਮਰ ਜਾਵਾਂਗਾ ਇਹ ਪਰਮੇਸ਼ੀ ਕੀਤਾ ਕਿ ਜਿੰਨਾ ਚਿਰ ਵੈਰੀ ਨੂੰ ਨਾ ਮਾਰਿਆ ਮਰੂੰਗਾ ਨਹੀਂ ਇਹ ਆਖ ਜੇ ਅਬਦਾਲੀ ਦੇ ਝੰਡੇ ਨਾ ਪੁੱਟੇ ਗਏ ਸ਼ਹੀਦੀ ਪਾਉਂਗਾ ਬਾਬਾ ਜੀ ਨੇ ਕਿਹਾ ਬਚਨ ਸਿੰਘ ਦੇ ਹੋਣੀਏ ਪੂਰੇ ਤੇ ਪੱਕੇ ਅਸੀਂ ਫੜ ਫੜ ਜਮ ਨਗਾ دیے ਸੂਈਆਂ ਦੇ ਨੱਕੇ ਨਹੀਂ ਸਾਨੂੰ ਅੰਮ੍ਰਿਤ ਸਰਵਲ ਜਾਂਦਿਆਂ ਦੱਸ ਕਿਹੜਾ ਡੱਕੇ ਅਰਦਾਸ ਕੀਤੀ ਬਾਬਾ ਜੀ ਨੇ ਹੇ ਗੁਰੂ ਅਰਜਨ ਦੇਵ ਮਹਾਰਾਜ ਹੇ ਗੁਰੂ ਰਾਮਦਾਸ ਮਹਾਰਾਜ ਲੋਕ ਪਤਾਸੇ ਤੇ ਫੁੱਲੀਆਂ ਲੈ ਕੇ ਤੇਰੇ ਦਰਬਾਰ ਵੱਲ ਤੁਰਦੇ ਨੇ ਮੈਂ ਸਿਰ ਦਾ ਚੜਾਵਾ ਲੈ ਕੇ ਤੁਰਿਆ ਹਾਂ ਇਹਨੂੰ ਪ੍ਰਵਾਨ ਕਰ ਲੈ ਲੱਗੀ ਨਗਾਰੇ ਤੇ ਚੋਟ ਸੋਧੀ ਅਰਦਾਸ ਬਾਬਾ ਦੀਪ ਸਿੰਘ ਸਾਹਿਬ ਨੇ ਛੱਡ ਕੇ ਪੰਜ ਜੰਕਾਰੇ ਮਾਲਵੇ ਦੀ ਧਰਤੀ 'ਚੋਂ ਮਾਝੇ ਦੀ ਧਰਤੀ ਵੱਲ ਨੂੰ ਬਾਬਾ ਜੀ ਤੁਰਨ ਲੱਗਾ ਜਦੋਂ ਨਗਾਰੇ ਤੇ ਚੋਟ ਲੱਗੀ ਤੇ ਚਫੇਰਾ ਗੂੰਜਿਆ ਹਰ ਬੰਦੇ ਦੇ ਮੂੰਹੋਂ ਆਵਾਜ਼ ਨਿਕਲੀ ਵੇਖੋ ਬੁੱਢਾ ਜਵਾਨੀ ਨਾਲ ਲੜਨ ਤੁਰਿਆ ਹੈ ਛਾਪਾ ਮਾਰਿਆ ਜਿਨ੍ਹਾਂ ਦਰਬਾਰ ਉੱਤੇ ਬਾਬਾ ਉਹਨਾਂ ਦੀ ਛਾਤੀ ਤੇ ਚੜਨ ਤੁਰਿਆ ਲੈ ਕੇ ਮਾਲਵੇ ਮਾਝੇ ਦੁਆਬੀਆਂ ਨੂੰ ਓਏ ਲਾਵਾਂ ਫਤਿਹ ਦੀ ਦੇਵੀ ਨਾਲ ਪੜਨ ਤੁਰਿਆ ਪੂਰਾ ਸੰਤ ਸਿਪਾਹੀ ਤੇ ਰਾਜ yogi ਕਿਸਮਤ ਨਵੀਂ ਪੰਜਾਬ ਦੀ ਘੜਨ ਤੁਰਿਆ ਲੱਗੀ ਨਗਾਰਿਆਂ ਤੇ ਦੋਹਰੀ ਚੋਟ ਤੇ ਸ਼ਹੀਦੀ ਜਥਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਕੇਸਰੀ ਨਿਸ਼ਾਨਾ ਥੱਲੇ ਮਾਰੋ ਮਾਰ ਕਰਦਾ ਮੋਹ ਮਰਨੇ ਦਾ ਚਾਹ ਹੈ ਇਹ ਪੜਦਾ ਹੋਇਆ ਸ਼ਬਦ ਮਾਲਵੇ ਦੀ ਧਰਤੀ 'ਚੋਂ ਅੰਮ੍ਰਿਤਸਰ ਸਾਹਿਬ ਨੂੰ ਜਿਵੇਂ ਤੁਰਦਾ ਜੋਗੀ ਕਵੀਸ਼ਰ ਦਾ ਜਥਾ ਨਾਲ ਸਤਨਾਮ ਸਿੰਘ ਅਤੇ ਸਰਦਾਰਾ ਸਿੰਘ ਸ਼ੌਂਕੀ ਉਸ ਵੇਲੇ ਦੀ ਵਾਰਤਾ ਨੂੰ ਇਉਂ ਬਿਆਨ ਕਰ ਰਹੇ ਹਨ ਕਲਗੀ ਧਰ ਦੇ ਸ਼ੇਰ ਨੇ ਦਿੱਤੀ ਖੇਚਲ ਕੀਰੋ ਮਰਦ ਬਹਾਦਰ ਧਰਮ ਦੇ ਲੇਖੇ ਲਾਉਣ ਸਰੀਰ ਏ ਜੀ ਲੱਗੀ ਧੋਰੀ ਚੋਟ ਨਗਾਰੇ ਤੁਰੇ ਛੱਡ ਕੇ ਪੰਜ ਜਕਾਰੇ ਨਾ ਧਰਮ ਦੀਨ ਤੋਂ ਹਾਰੇ ਆਈ ਭਾਜੀ ਨਉਂਦਰਾ ਪਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਜਰ ਗੱਜ ਦੀ ਫੌਜ ਅਕਲੀ ਕਿਸੇ ਮੋੜੇ ਪਾਈ ਦਿਨਾਲੀ ਕਹਿੰਦੇ ਚਿਰ ਤੋਂ ਤੇਗ ਜੰਗਾਲੀ ਸਿੰਘ ਕਿਲੇ ਕੁਫਰ ਦੇ ਟੌਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਲਾ ਲੱਗੀ ਧੋਰੀ ਚੋਟ ਨਗਾਰੇ ਤੁਰੇ ਛੱਡ ਕੇ ਪੰਜ ਜਕਾਰੇ ਨਾ ਧਰਮ ਦੀਨ ਤੋਂ ਹਾਰੇ ਆਈ ਭਾਜੀ ਨਉਂਦਰਾ ਪਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਜੈ ਸੱਜ ਦੀ ਫੌਜ ਇਕੱਲੀ ਕਿਸੇ ਮੋੜੇ ਪਈ ਦਿਨਾਲੀ ਕਹਿੰਦੇ ਚਰ ਤੋਂ ਤੇਗ ਜੀ ਨਾਲੀ ਸਿੰਘ ਕਿਲੇ ਕੁਫੂਰ ਦੇ ਢਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਓ ਭਾਈ ਓ ਤੁਰੇ ਕਰਕੇ ਅਰਾਧਾ ਪੱਕਾ ਵੈਰੀ ਕਰਦੇ ਧਰਮ ਤੇ ਟੱਕਾ ਚੱਲੇ ਪੌਣ ਜਬਰ ਨੂੰ ਡੱਕਾ ਜਿੰਦਵਾਰ ਕੇ ਧਰਮ ਬਚਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਵਰਤਾਮੇ ਯਾਦ ਕਰਾਉਣਾ ਮੁੜ ਮੁੜ ਵੀ ਜਗ ਤੇ ਆਉਣਾ ਹੱਸ ਹੱਸ ਕੇ ਜਿਸਮ ਲਟਾਉਣਾ ਸਿੱਖੀ ਦੀ ਸ਼ਾਲ ਚਮਕਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਪਰਵਾਨੇ ਜੁੜ ਕੇ ਨਹੀਂ ਤੱਕਣਾ ਪਛਾਣੂ ਮੁੜ ਕੇ ਸਿਰ ਬਕਸਿਕ ਵੱਜ ਨਹੀਂ ਸਕਦੇ ਥੁੜਕੇ ਸਿੰਘ ਸਤ ਗੁਰ ਦੇ ਦਰ ਤੇ ਪੌਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਤੁਰ ਪੈ ਵਤਨ ਪਜਾਰੀ ਮਾਰੀ ਮਿਟਣਾ ਮਲੇ ਵਿੱਚ ਤਾਰੀ ਜੋ ਸਮੇਂ ਚੋਗ ਖਲਾਈ ਮਚੀ ਜਵਰੀ ਸ਼ਮਾ ਬਜਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਆ ਜਿੱਥੇ ਜਿੱਥੇ ਸੁਣ ਪਾਈਆਂ ਸਿੰਘ ਤੁਰਪੇ ਕਰਕੇ ਤਾਈਆਂ ਹੱਥੀ ਤੇਗਾ ਖੂਨ ਧਿਆਈਆਂ ਹੋਣੀ ਨਾਲ ਹਾਨ ਮਚਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ ਨੱਦ ਨੱਦ ਕੇ ਅਖੜ ਕੋੜ ਹਲਦੀ ਨਿਦਾਨਗੇ ਕੋੜ ਝੰਗਾ ਦੀ ਧਣ ਮਰੋੜੇ ਖੰਡੇ ਤੇ ਬਾਟੇ ਦੇ ਅੰਮ੍ਰਿਤ ਵਿੱਚ ਕੀ ਤਾਕਤ ਭਰ ਦਿੱਤੀ ਹੈ ਜਿਹੜਾ ਅੰਮ੍ਰਿਤ ਛਕ ਲੈਂਦਾ ਉਹ ਮੌਤ ਨੂੰ ਮਜ਼ਾਕਾਂ ਕਰਨ ਲੱਗ ਜਾਂਦਾ ਹੈ ਅਬਦਾਲੀ ਆਪਣੀ ਕਲਮ ਨਾਲ ਲਿਖਦਾ ਕਿ ਸਿੰਘ ਲੋਹੇ ਦਾ ਕਿਲਾ ਹੈ ਕੋਈ ਤਾਕਤ ਇਹਨਾਂ ਨੂੰ ਤੋੜਨ ਵਿੱਚ ਸ਼ਾਇਦ ਕਾਮਯਾਬ ਨਾ ਹੋ ਸਕੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਜੋ ਵਰ ਦਿੱਤਾ ਸਵਾ ਲੱਖ ਸੇ ਇੱਕ ਲੜਾਉ ਚਿੜੀਆਂ ਕੋਲੋਂ ਬਾਝ ਤੜਾਉ ਗਿੱਦੜਾ ਕੋਲੋਂ ਸ਼ੇਰ ਮਰਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਗੱਲਾਂ ਨਾਲ ਨਹੀਂ ਕਦੇ ਕੋਈ ਕੌਮ ਬਣਦੀ ਓਏ ਕੌਮਾਂ ਨਾਲ ਕੁਰਬਾਨੀ ਦੇ ਬਣਦੀਆਂ ਨੇ ਇੱਕ ਸ਼ਾਇਰ ਕਹਿੰਦਾ ਛਾਲ ਮਾਰ ਕੇ ਨਿਤਰੇ ਕੋਈ ਕੋਈ ਜਦੋਂ ਵਿੱਚ ਮੈਦਾਨ ਦੇ ਜੰਗ ਹੋਵੇ ਧਿਆਨਤਦਾਰ ਦੀ ਪ੍ਰੀਖਿਆ ਤਦ ਹੁੰਦੀ ਗੋਡੇ-ਗੋਡੇ ਜਾਂ ਭੁੱਖ ਤੇ ਨੰਗ ਹੋਵੇ ਉਦੋਂ ਆਪਣਾ ਆਪ ਬਚਾਏ ਕੋਈ ਕੋਈ ਜਦੋਂ ਘੇਰਿਆ ਵਿੱਚ ਕਸੰਗ ਹੋਵੇ ਕਿਸੇ ਕਿਸੇ ਦੀ ਰਵੇ ਜ਼ੁਬਾਨ ਮਿੱਠੀ ਦੇਹੀ ਸੁਖ ਕੇ ਜਦੋਂ ਕਰੰਗ ਹੋਵੇ ਨਾਰ ਪਤੀ ਦੀ ਸੇਵਾ ਕੋਈ ਕਰੇ ਵਿਰਲੀ ਜਦੋਂ ਚੁੱਲ੍ਹੇ ਚ ਭੁੱਜਦੀ ਭੰਗ ਹੋਵੇ ਉਦੋਂ ਵਿਰਲਾ ਹੀ ਕੋਈ ਕਵਿਤਾ ਨੂੰ ਸਿਰੇ ਚੜ੍ਹੇ ਜਿੱਥੇ ਕਵਿਤਾ ਦਾ ਕਾਫੀਆ ਤੰਗ ਹੋਵੇ ਕਲਗੀ ਵਾਲੇ ਪਾਤਸ਼ਾਹ ਦੇ ਸੂਰਮੇ ਬਹਾਦਰ ਨੇ ਧਰਮ ਨੂੰ ਅਪਣਾਇਆ ਹੈ ਧਰਮ ਅਤੇ ਰਾਜਨੀਤੀ ਦੋ ਗੱਲਾਂ ਨੇ ਰਾਜਨੀਤੀ ਕਹਿੰਦੀ ਹੈ ਕਿ ਕੰਮ ਹੋ ਜਾਣਾ ਚਾਹੀਦਾ ਹੈ ਭਾਵੇਂ ਕਿਸੇ ਕੋਲੋਂ ਕਰਾ ਲੋ ਧਰਮ ਕਹਿੰਦਾ ਜੋ ਕਰਨਾ ਆਪਣੇ ਹੱਥੀ ਕਰਕੇ ਵਿਖਾ ਆਪਣੀ ਜ਼ਿੰਦਗੀ ਨੂੰ ਖਤਰੇ ਚ ਪਾ ਤੈਨੂੰ ਕਿਸੇ ਨਾਲ ਕੀ ਬਾਬਾ ਦੀਪ ਸਿੰਘ ਸਾਹਿਬ ਨੇ ਧਰਮ ਨੂੰ ਮੁੱਖ ਰੱਖਿਆ ਅਰਦਾਸਾ ਕੀਤਾ ਨਗਾਰੇ ਤੇ ਚੋਟ ਲਾਈ ਹੈ ਮੰਜਲਾ ਕੱਟਦਾ ਹੋਇਆ ਇਹ ਸ਼ਹੀਦੀ ਜਥਾ ਖੇਮ ਕਰਨ ਦੇ ਰਸਤੇ ਪਿੱਖੀਵਿੰਡ ਦੇ ਕੋਲ ਦੀ ਮਾਝੇ ਦੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਦਾ ਇੱਕ ਰਾਤ ਤਰਨ ਤਰਨ ਆ ਕੇ ਟਿਕੇ ਰਾਤ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਵਿੱਚ ਕੱਟੀ ਐ ਸਵੇਰੇ ਇਥੋਂ ਜਥਾ ਚੱਲਾ ਪਾਉਣ ਲੱਗਾ ਐ ਵੀਰ ਬਹਾਦਰ ਸੂਰਮੇ ਨੇ ਬੁੱਢੇ ਜਰਨੈਲ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਵਿੱਚ ਖਲੋ ਕੇ ਅਰਦਾਸ ਕੀਤੀ ਐ हे ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਮਹਾਰਾਜ ਮੈਂ ਸ਼ਹਾਦਤ ਦਾ ਬਾਟਾ ਪੀਣ ਚੱਲਿਆ ਹਾਂ ਸਿੱਖ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣਾ ਮੈਂ ਆਪਣੇ ਮਿਸ਼ਨ ਵਿੱਚ ਕਾਮਜਾਬ ਹੁਆ ਏ ਗੁਰੂ ਰਾਮਦਾਸ ਮਹਾਰਾਜ ਮੈਂ ਸਿਰ ਦਾ ਚੜਾਵਾ ਲੈ ਕੇ ਤੁਰ ਪਿਆ ਹਾਂ ਆਪਣੇ ਦਰ ਪ੍ਰਵਾਨ ਕਰ ਲਈ ਭਾਈ ਬਾਬਾ ਦੀਪ ਸਿੰਘ ਸਾਹਿਬ ਨੇ ਇੱਥੇ ਖੰਡੇ ਨਾਲ ਲਕੀਰ ਖੀਚੀ ਐ ਬੇਨਤੀ ਕਰਦਾ ਹਾਂ ਸਿੰਘਾਂ ਦੇ ਦਰਬਾਰ ਵਿੱਚ ਕਦੇ ਵੀ ਕਿਸੇ ਸਿੱਖ ਨੂੰ ਕਿਸੇ ਬੱਚੇ ਨੂੰ ਜਾਣ ਦਾ ਮੌਕਾ ਮਿਲੇ ਸ੍ਰੀ ਅੰਮ੍ਰਿਤਸਰ ਸਾਹਿਬ ਕੇਂਦਰੀ ਸਿੱਖ ਅਜਾਇਬ ਘਰ ਦੇ ਜ਼ਰੂਰ ਦਰਸ਼ਨ ਕਰਿਆ ਕਰੋ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤੁਹਾਡਾ ਮੂੰਹੋਂ ਬੋਲਦਾ ਇਤਿਹਾਸ ਹੈ ਕੇਂਦਰੀ ਸਿੱਖ ਅਜਾਇਬ ਘਰ ਤੁਹਾਡੇ ਵੱਡ ਵਡੇਰਿਆਂ ਦੀਆਂ ਮਾਰੀਆਂ ਹੋਈਆਂ ਤੇਗਾਂ ਦਾ ਇਤਿਹਾਸ ਚਿੱਤਰਾਂ ਰਾਹੀਂ ਦਰਸਾਇਆ ਗਿਆ ਹੈ। ਬਾਬਾ ਦੀਪ ਸਿੰਘ ਸਾਹਿਬ ਖੰਡੇ ਨਾਲ ਲਕੀਰ ਖਿੱਚ ਰਹੇ ਨੇ। ਕਿਤੇ ਜਾਓ ਅੰਮ੍ਰਿਤਸਰ ਸਾਹਿਬ ਇਹ ਦ੍ਰਿਸ਼ ਅੱਖੀਂ ਵੇਖ ਸਕੋਗੇ। ਬੁੱਢਾ ਜਰਨੈਲ ਲੀਕ ਮਾਰ ਕੇ ਖੰਡੇ ਨਾਲ ਕਹਿੰਦਾ ਜਿਹੜੇ ਸੂਰਮੇ ਮਰਨ ਆਏ ਨੇ, ਜਿਹੜੇ ਸੂਰਮੇ ਸ਼ਹੀਦੀ ਪਾਉਣ ਆਏ ਨੇ, ਜਿਹੜੇ ਧਰਮ ਤੋਂ ਆਪਾਂ ਵਾਰਨੇ ਆਏ ਨੇ, ਉਹ ਲੀਕ ਟੱਪਿਓ, ਕੋਈ ਦੂਸਰਾ ਬੰਦਾ ਲੀਕ ਨਾ ਟੱਪੇ। ਇਤਿਹਾਸ ਕਹਿੰਦਾ ਉਹ ਸੀਨ ਵੀ ਦੱਸਦਾ ਹੈ ਯਾਰ ਉਹ ਟੁੱਟੇ ਹੋਏ ਮਿਆਨਾਵਾਲੀਆਂ ਤਲਵਾਰਾਂ ਫਟੇ ਹੋਏ ਕਸ਼ਹਰੇ ਨਿਹੰਗ ਸਿੰਘਾਂ ਦੇ ਨੰਗੇ ਪਿੰਡੇ ਤੇ ਨੰਗੇ ਪੈਰ ਅੱਠ ਅੱਠ ਦਿਨ ਭੁੱਜੇ ਹੋਏ ਛੋਲੇ ਚੱਬ ਕੇ ਗੁਜ਼ਾਰਾ ਕਰਨ ਵਾਲਾ ਖਾਲਸਾ ਛਾਲਾ ਮਾਰਦਾ ਲਕੀਰ ਟੱਪ ਗਿਆ ਜਦੋਂ ਮਲਵਿਓਂ ਜਥਾ ਤੁਰਿਆ ਸੀ 223000 ਦੇ ਕਰੀਬ ਸੱਭੋ ਫੌਜ ਸੀ ਬਾਬਾ ਦੀਪ ਸਿੰਘ ਸਾਹਿਬ ਦੀ ਪਰ ਜਿਸ ਵੇਲੇ ਤਰਨਤਾਰਨ ਸਾਹਿਬ ਤੋਂ ਗੋਲਵੜ ਦੇ ਮੈਦਾਨ ਵੱਲ ਨੂੰ ਤੁਰਨ ਲੱਗੇ ਜੱਬੇ ਦੇ ਮੈਦਾਨ ਵੱਲ ਨੂੰ ਤੁਰਨ ਲੱਗੇ ਸ਼ਹੀਦੀ ਪਾਉਣ ਵਾਲਿਆਂ ਦੀ ਗਿਣਤੀ 10000 ਨੂੰ ਪਹੁੰਚ ਗਈ ਹੈ ਕੋਈ ਕੌਮ ਜਿਹੜੀ ਸ਼ਹੀਦੀ ਬਾਟਾ ਛਕਣ ਦੇ ਨਾਂ ਤੇ ਵੱਸ ਸਕੇ ਹੈ ਕੋਈ ਕੌਮ ਜਿਹੜੀ ਸ਼ਹੀਦੀ ਦਾ ਨਾਂ ਸੁਣ ਕੇ ਗਦਗਦ ਹੋ ਉਠੇ ਕੁੱਦ ਪਵੇ ਮੈਦਾਨ ਵਿੱਚ ਇਹ ਹੈ ਸਿੰਘਾਂ ਦੀ ਕੌਮ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਮਰ ਜੂੜੇ ਖਾਲਸੇ 10000 ਧਰਮ ਦੇ ਨਾਂ ਤੋਂ ਸ਼ਹੀਦੀਆਂ ਪਾਉਣ ਵਾਲੇ ਛਾਲਾਂ ਮਾਰਦੇ ਲੀਕ ਟੱਪ ਗਏ ਇਕ ਕਾਫਲਾ ਮਰ ਜੂੜਿਆਂ ਦਾ ਇਹ ਜਥਾ ਧਰਮ ਤੋਂ ਜਾਣ ਵਾਰਨ ਵਾਲਿਆਂ ਦਾ ਗੋਲਵੜ ਦੇ ਮੈਦਾਨ ਵਿੱਚ ਆ ਉਤਰਿਆ ਇਧਰ ਬਖਸ਼ੀ ਜਹਾਨ ਖਾਨ ਦੇ ਚੋਣਵੇਂ ਜਰਨੈਲ ਜਮਾਲ ਖਾਨ ਦੀ ਜਰਨੈਲੀ ਚ ਚੱਬੇ ਦੇ ਮੈਦਾਨ ਵਿੱਚ ਆ ਲੱਥੇ 40000 ਉਹ ਬੰਦੇ ਜਿਨ੍ਹਾਂ ਦੇ ਦਿਆਂ-ਦਿਆਂ ਜਿੱਡੇ ਕੱਦ ਜਿਹੜੇ ਸਭ ਤੋਂ ਛੋਟੇ ਸੀ ਗੁਰਦੇਵ ਸਿੰਘ ਮਾਨ ਕਹਿੰਦਾ ਉਹ ਵੀ 9.5 9 ਫੁੱਟ ਦੇ ਇਹ ਸੀ ਨੂੰ ਲਿਖਦਿਆਂ ਗੁਰਦੇਵ ਸਿੰਘ ਮਾਨ ਨੇ ਮਾਨ ਸਰੋਵਰ ਕਿਤਾਬ ਵਿੱਚ ਲਿਖਿਆ ਉਹਨਾਂ ਦੇ ਕੁੜਤੇ 20 20 ਗਜਾਂ ਦੇ ਹਾਲੇ ਵੀ ਭੀੜੇ ਉਹਨਾਂ ਟੰਕ ਕੇ ਲਾਏ ਜਾਗਦੀ ਨਾ ਮਾਰੇ ਵੀੜੇ ਉਹਨਾਂ ਮਾਸ ਗੁਲੱਛੀ ਖਾਲੇ ਨਾ ਸ਼ੁਰੀਆਂ ਚੀਰੇ ਉਹਨਾਂ ਦੁੰਬੇ ਭੁੰਨੇ ਸਾਬਤੇ ਕੁਝ ਕੱਚ ਕਚੀੜੇ ਉਹ ਵੀ 9.5 9 ਫੁੱਟ ਦੇ ਜੋ ਸੀਮਧਰੀੜੇ ਜਿਵੇਂ ਰੁੱਢੀ ਪਾਣੀ ਪੈ ਗਿਆ ਆ ਨਿਕਲੇ ਕੀੜੇ 40000 ਅਬਦਾਲੀ ਸਾਬਤ ਸਾਬਤ ਦੁੰਬਾ ਖਣ ਵਾਲੇ ਚੱਬੇ ਦੇ ਮੈਦਾਨ ਵਿੱਚ ਆ ਉਤਰੇ ਇਧਰ ਖਾਲਸਾ ਨਗਾਰਿਆਂ ਤੇ ਚੋਟਾਂ ਮਾਰਦਾ ਸਤ ਸ੍ਰੀ ਅਕਾਲ ਦੇ ਜਿੰਕਾਰੇ ਛੜਦਾ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੋੜੇ ਖੇਤ ਦਾ ਜਾਪ ਕਰਦਾ ਹੋਇਆ 10000 ਸੂਰਮਾ ਚੱਬੇ ਦੇ ਮੈਦਾਨ ਵਿੱਚ ਜਾ ਲੱਥਾ ਇੱਕ ਪਾਸੇ 40000 ਇੱਕ ਪਾਸੇ 10000 ਅੱਠ ਅੱਠ ਦਿਨ ਭੁੱਖੇ ਰਹਿਣ ਵਾਲੇ ਇੱਕ ਬੰਨੇ ਜਾਂ ਐਲੀ ਦੇ ਨਾਰੇ ਇੱਕ ਪਾਸੇ ਸਤ ਸ੍ਰੀ ਅਕਾਲ ਦੇ ਜਕਾਰੇ ਲੱਗੀਆਂ ਨਗਾਰਿਆਂ ਤੇ ਚੋਟਾਂ ਤੇ ਲਹੂ ਡੋਲਵੀ ਲੜਾਈ ਚੱਬੇ ਦੇ ਮੈਦਾਨ ਵਿੱਚ ਹੈ ਐਂਓ ਸ਼ੁਰੂ ਹੋਈ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਤਾ ਪੁਰਜਾ ਪੁਰਜਾ ਕਟ ਮਰੇ ਕਬੂਰਾ ਛੱਡ ਕੇ ਤਾ ਓ ਜੀ ਲੱਗੀ ਚੋਟ ਨਗਾਰਾ ਨਗਾਰਿਆਂ ਤੇ ਹਣਕੇ ਕੋੜੇ ਅਣਖੀ ਵੀਰ ਬਹਾਦਰਾਂ ਬਹਾਦਰਾਂ ਮੂਹ ਰਣ ਨੂੰ 모ੜੇ ਓਏ ਓ ਗਰਵੈਰੀ ਗੱਜ ਰਹਾ ਗੱਜ ਰੇ ਅੱਲਾਹੂ ਪੜਵੇ ਕਲਗੀ ਤਰਵੇ ਸੂਰਮੇ ਹਾ ਸੂਰਮੇ ਵੱਰ ਵੱਦ ਕੇ ਲੜਦੇ ਕਿੰਦਾ ਲੱਗੀ ਚੋਟ ਨਗਾਰਿਆਂ ਨਗਾਰਿਆਂ ਤੇ ਹਣਕੇ ਕੋੜੇ ਅਨਖੀ ਬੀਰ ਬਹਾਦਰਾਂ ਬਹਾਦਰਾਂ ਮੂਹ ਰਣ ਨੂੰ 모ੜੇ ਓਏ ਓ ਦਰਵੇਰੀ ਗੱਜ ਰਹਾ ਗਰਜੇ ਅੱਲਾਹੂ ਪੜਵੇ ਕਲ ਵੀ ਧਰਦੇ ਸੂਰਮੇ ਹਾ ਸੂਰਮੇ ਵਦ ਵਦ ਕੇ ਲੜਦੇ ਇੰਨਾ ਜੋਰੇ تیر ਕਮਾਨ ਨੂੰ ਹਾ ਕਮਾਨ ਨੂੰ ਸਤਗੁਰ ਦੇ ਸੂਰੇ ਉਧਰ ਖਾਨ ਜਹਾਨ ਖਾਨ जहान खाया डटिया बचो तोरे ਕਲੋ ਜਵਾਨੋ ਸੜੇ ਫਤੰਗਾ ਸ਼ਮਾ ਬਿਹਾ ਸ਼ਮਾ ਦੇ ਕਰਪੂਣ ਨੇ ਸੜਦੇ ਕਲਗੀ ਧਰਦੇ ਸੂਰਮੇ ਹਾਂ ਸੂਰਮੇ ਵਦ ਵਦ ਕੇ ਲੜਦੇ ਰਣ ਅੰਦਰ ਲਊ ਮੇਜਦਾ ਮੇਜਦਾ ਹੋ ਚੱਲਿਆ ਗਾਰਾ ਹੋਣੀ ਨਾਰ ਉਡੀਕਦੀ ਹਾਂ ਉਡੀਕਦੀ ਨਹੀਂ ਕਿਸੇ ਦਾ ਲਾਰਾ ਓ ਵੀਰ ਬਹਾਦਰ ਸੂਰਮੇ ਹਾਂ ਸੂਰਮੇ ਵੈਰੀ ਦੇ ਚੜਦੇ ਕਲਗੀ ਧਰਦੇ ਸੂਰਮੇ ਹਾਂ ਸੂਰਮੇ ਵਧ ਵਧ ਕੇ ਲੜਦੇ ਵਜਣ ਤੀਰ ਕਰੁੰਡੀਏ ਹਾਂ ਕਰੁੰਡੀਏ ਵੈਰੀ ਦੇ ਸੀਨੇ ਰਣ ਵਿੱਚ ਕੋਰੇ ਨੱਚਦੇ ਹਾਂ ਨੱਚਦੇ ਸੁਰਖੇ ਤੇ ਜੀਨੇ ਸੀਸ ਉਡਾਦੇ ਸਿੰਘਾਂ ਨੇ ਹਾਂ ਸਿੰਘਾਂ ਨੇ ਪੈ ਬਾਦੇ ਧੜਦੇ ਕਲ ਵੀ ਧਰਦੇ ਸੂਰਮੇ ਹਾਂ ਸੂਰਮੇ ਵੱਧ ਵੱਧ ਕੇ ਲੜਦੇ ਬਖਸ਼ੀ ਖਾਨ ਜਹਾਨ ਨੇ ਹਾਂ ਜਹਾਨ ਨੇ ਜੋ ਜੋਰੇ ਭੇਜੇ ਮੜੇ ਸਜੋਆ ਵਿੰਦੇ ਹਾਂ ਵਿੰਦੇ ਸਿੰਘਾਂ ਦੇ ਨੇਜੇ ਜੋ ਵੀ ਗੁਰਮੁਖ ਫੈنگੇ ਛੇਰ ਹਾਂ ਫੈنگੇ ਸ਼ੇਰ ਗਏ ਅੱਗੇ ਫੜਦੇ ਕਲ ਵੀ ਤਰਦੇ ਸੂਰਮੇ ਹਾਂ ਸੂਰਮੇ ਵੱਦ-ਵੱਦ ਕੇ ਲੜਦੇ ਲਹੂ ਡੋਲਵੀ ਲੜਾਈ ਹੋ ਰਹੀ ਸੀ ਇੱਕ ਸੂਰਮਾ ਦੂਸਰੇ ਦੇ ਗਲ ਪੈ ਕੇ ਜਾਂ ਉਹਨੂੰ ਸਦਾ ਲਈ ਖਤਮ ਕਰਨ ਲਈ ਜਾਂ ਉਹਦੇ ਨਾਲ ਲੜ ਕੇ ਸ਼ਹੀਦੀ ਬਾਟਾ ਛਕਣ ਲਈ ਕਾਲਾ ਪੈ ਰਿਆ ਸੀ ਅਮੀਰ ਜਾਨ ਖਾਨ ਵੇਖਦਾ ਜੰਗ ਦਾ ਨਜ਼ਾਰਾ ਕਹਿੰਦਾ ਸਾਡਾ ਪੱਲਾ ਹੌਲਾ ਹੁੰਦਾ ਜਾਪਦਾ ਛੇੜ ਕੇ ਆਪਣਾ ਹੱਥੀ ਜਾਂ ਐਲੀ ਦੇ ਨਾਰੇ ਮਾਰ ਕੇ ਸਿੰਘਾਂ ਦੇ ਮੁਕਾਬਲੇ ਚ ਆਉਂਦਾ ਖਾਲਸੇ ਦੇ ਦਲ ਉੱਤੇ ਜਿਵੇਂ ਛਾ ਜਾਣਾ ਚਾਹੁੰਦਾ ਉਸ ਵੇਲੇ ਦਾ ਸੀਨ ਇਸ ਛੰਦ ਵਿੱਚ ਇਉਂ ਬਿਆਨ ਕੀਤਾ ਜਾ ਰਿਹਾ ਸੁਣੀਏ ਕਾਲ ਕਭੂਰ ਨਾ ਚਖਦੇ ਹਣਸਣ ਡਡੀਆਂ ਆਖਾੜਾ ਬਾਜ ਨਾ ਟੀਣਾ ਚੁਗਣਗੇ ਲਿਕੜੂ ਜਾਣ ਚਾਹੇ ਪ੍ਰਾਣਾ ਮੀਰ ਆਣ ਕੇ ਸਿੰਘਾਂ ਦੇ ਮੂਰੇ ਵਧਿਆ ਜਾ ਹਾਥੀ ਛੇੜ ਕੇ ਉਹਨੂੰ ਵੇਖਿਆ ਵੇਖਿਆ ਦਿਆਲ ਸਿੰਘ ਸੂਰਮੇ ਪਿਆਰ ਨਾਲ ਆਵਾਜ਼ ਮਾਰ ਕੇ ਕਹਿੰਦਾ ਸੁਣ ਜਾ ਕਹਿੰਦਾ ਸੁਣ ਜਾ ਬਾਤ ਇੱਕ ਖਾਨਾ ਕਰ ਪਹਿਲਾ ਵਾਰ ਆਪਣਾ ਕਰੇ ਚਿੱਤ ਜੀਤ ਦੇ ਕਮਾਂਡ ਨਾਲ ਰਹਿ ਜੇ ਧੋਖਾ ਮਾਰਿਆ ਗਿਆ ਉਹਨੂੰ ਖਾਨ ਨੇ ਉਹਨੂੰ ਖਾਨ ਨੇ ਰੋਬ ਨਾਲ ਵੇਖਿਆ ਉਹਨੂੰ ਸਿੰਘ ਨੇ ਸਿੰਘ ਨੇ ਰੋਬ ਨਾਲ ਵੇਖਿਆ ਵੱਟ ਪੈ ਗੇ ਕਾਲਜੇ ਨੂੰ ਵਾਰ ਵੱਧ ਕੇ ਵੱਧ ਕੇ ਖਾਨ ਨੇ ਕੀਤਾ ਸਿੰਘ ਨੇ ਸੰਭਲ ਰੋਕਿਆ ਵਾਰੀ ਸਿੰਘ ਦੀ ਉਹ ਵਾਰੀ ਸਿੰਘ ਦੀ ਅੰਤ ਨੂੰ ਆ ਗਈ ਸਤ ਸ੍ਰੀ ਅਕਾਲ ਆ ਕੇ ਤੀਰ ਮਾਰਿਆ ਮਾਰਿਆ ਸੂਰਮੇ ਉਸ ਨੂੰ ਸ਼ਾਦੀ ਵਿੱਚ ਜਾ ਤਸਿਆ ਖਾ ਕੇ ਕੇਰਨੀ ਖਾ ਕੇ ਕੇਰਨੀ ਕੋੜੇ ਟੁੱਟ ਗਿਆ ਓਏ ਖਾ ਕੇ ਕੇਰਨੀ ਕੇਰਨੀ ਕੋੜੇ ਤੋਂ ਡਿੱਗਿਆ ਸਾਥੀਆਂ ਨੇ ਆ ਕੇ ਚੁੱਕਿਆ ਢੋਲੀ ਰੱਖ ਕੇ ਰੱਖ ਜਰਨੈਲ ਨੂੰ ਲੈ ਕੇ ਫੌਜੀਆਂ ਚਪਈਆਂ ਭਾਜੜਾ ਕਹਿੰਦੇ ਫਸ ਗਏ ਕਹਿੰਦੇ ਫਸ ਗਏ ਕਸੂਤੇ ਆਪਾਂ ਕਹਿੰਦੇ ਫਸ ਗਏ ਫਸ ਗਏ ਕਸੂਤੇ ਆਪਾਂ ਖਾਲਸੇ ਨਾਲ ਛੇੜ ਛੇੜ ਕੇ ਹਾਰ ਜਾਵਦੀ ਜਾਵਦੀ ਮੁਗਲ ਦੀ ਹੋਣੀ ਖਾਲਸੇ ਮੈਦਾਨ ਜਿੱਤਣਾ ਸੂਰੇ ਛਾਤੀਆਂ ਸੂਰੇ ਛਾਤੀਆਂ ਤਾਣ ਕੇ ਲੜਦੇ ਓਏ ਸੂਰੇ ਛਾਤੀਆਂ ਛਾਤੀਆਂ ਤਾਣ ਕੇ ਲੜਦੇ ਕਾਣੀ ਹੋ ਗਈ ਲਊ ਬੇਜਦੀਲ ਜੋਦੇ ਲੰਘਦੇ ਲੰਘਦੇ ਲਟਾਰ ਕੇ ਲੋਥਾਂ ਮੰਦਰ ਆਜ਼ਾਦ ਕਰਨਾ ਦੇਸ਼ ਕੌਮ ਤੋਂ ਉਹ ਦੇਸ਼ ਕੌਮ ਤੋਂ ਦਿਨਾਂ ਨੇ ਮਾਰਨਾ ਕਿਸੇ ਦਾ ਨਹੀਂ ਸਾਥ ਲੋੜਦੇ ਨਾਰ ਮਾਰਦੇ ਮਾਂ ਦੇ ਸੂਲੀ ਤੇ ਚੜ ਕੇ ਕਰਦੇ ਜੋ ਬਾਤ ਸੱਚ ਦੀ ਜੇਲਾ ਫਾਂਸੀਆਂ ਜੇਲਾ ਫਾਂਸੀਆਂ ਨਾਲ ਹੀ ਖੇਡਾਂ ਓਏ ਜੇਲਾ ਫਾਂਸੀਆਂ ਫਾਂਸੀਆਂ ਉਹਨਾਂ ਲਈ ਖੇਡਾ ਕਰਦੇ ਮਖੌਲ ਮੌਤ ਨੂੰ ਦਿਨ ਰਾਤ ਵੀ ਰਾਤ ਜੰਗਲਾਂ ਵਿੱਚ ਰਹਿਣਾ ਕਈ ਦਿਨ ਫਾਕੇ ਕਟਣੇ ਨਾਰ ਉਹਨਾਂ ਦੀ ਉਹ ਨਾਰ ਉਹਨਾਂ ਦੀ ਜਾਪਦੀ ਹੋਣੀ ਰਾਤਿਆਂ ਨੂੰ ਹੀਰ ਜਾਗਦੀ ਫੁੱਲ ਸਿਰਾਂ ਦੇ ਸਿਰਾਂ ਦੇ ਪਤੰਗ ਆ ਜੋ ਝੜਦੇ ਕੁੱਦ ਦੇ ਚਵਾਨ ਜਿੱਤਦੇ ਰਹਿਣਗੇ ਰਹਿਣਗੇ ਜੰਗ ਵਿੱਚੋਂ ਜਿਹੜਾ ਨਸਿਆ ਕਰ ਕਹਿਣਗੇ ਦਿਆਲ ਸਿੰਘ ਸ਼ੇਰ ਦੇ ਹੱਥੋਂ ਅਮੀਰ ਜਾਨ ਖਾਨ ਮਾਰਿਆ ਗਿਆ ਏਡਾ ਵੱਡਾ ਜਰਨੈਲ ਜਦੋਂ ਹਾਥੀ ਤੋਂ ਡਿੱਗਿਆ ਇਹਦੇ ਆ ਰਖਵਾਲਿਆਂ ਸਪਾਹੀਆਂ ਨੇ ਇਹਨੂੰ ਪਾਲਕੀ ਵਿੱਚ ਰੱਖਿਆ ਤੇ ਪਿੱਛੇ ਲੈ ਗਏ ਹਰ ਜਵਾਨ ਆਪਣੇ ਨਾਲੋਂ ਵੱਡੇ ਨਾਲ ਲੋਹਾ ਲੈਣਾ ਚਾਹੁੰਦਾ ਸੀ ਹਰ ਜਵਾਨ ਦੇਸ਼ ਉੱਤੋਂ ਆਪਾ ਵਾਰ ਕੇ ਨਾਮਨਾ ਖੱਟਣਾ ਚਾਹੁੰਦਾ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਵੇਖ ਰਹੇ ਸਨ ਇਹ ਜੰਗ ਦਾ ਨਜ਼ਾਰਾ ਬਾਬਾ ਨੌਧ ਸਿੰਘ ਸਾਹਿਬ ਜੀ ਬਾਬਾ ਦੀਪ ਸਿੰਘ ਸਾਹਿਬ ਦੇ ਤਾਏ ਦੇ ਪੁੱਤਰ ਭਰਾ ਸਨ ਕਈ ਇਤਿਹਾਸ ਕਹਿੰਦੇ ਨੇ ਬਾਬਾ ਦੀਪ ਸਿੰਘ ਸਾਹਿਬ ਦੇ ਮਾਸੀ ਦੇ ਪੁੱਤਰ ਭਰਾ ਸਨ ਬਾਬਾ ਦੀਪ ਸਿੰਘ ਸਾਹਿਬ ਦਾ ਜੱਥਾ ਜਦੋਂ ਮਾਲਵੇ ਤੋਂ ਤੁਰਨ ਲੱਗਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋਂ ਤੁਰਨ ਲੱਗਾ ਬਾਬਾ ਦੀਪ ਸਿੰਘ ਸਾਹਿਬ ਨੇ ਆਖਿਆ ਬਾਬਾ ਨੌਧ ਸਿੰਘ ਜੀ ਤੁਸੀਂ ਇੱਥੇ ਮਹਾਰਾਜ ਦੇ ਘਰ ਦੀ ਸੇਵਾ ਕਰਨ ਵਾਸਤੇ ਟਿਕ ਜਾਓ ਤੁਸੀਂ ਇੱਥੇ ਜਥੇਦਾਰੀ ਸੰਭੋ ਮੈਂ ਚੱਲਿਆ ਹਾਂ ਸ਼ਹੀਦੀ ਜੱਥਾ ਲੈ ਕੇ ਬਾਬਾ ਨੌਧ ਸਿੰਘ ਸਾਹਿਬ ਨੇ ਆਖਿਆ ਉਹ ਬਾਬਾ ਦੀਪ ਸਿੰਘਾ ਠੀਕ ਹੈ ਤੈਨੂੰ ਵਕਤ ਨੇ ਵੱਡਾ ਜਥੇਦਾਰ ਬਣਾਇਆ ਹੈ ਪਰ ਮੈਨੂੰ ਸ਼ਹੀਦੀ ਬਾਟਾ ਛਕਣ ਤੋਂ ਵਾਂਝਿਆ ਰੱਖਣਾ ਚਾਹਣਾ ਹੈ ਓਏ ਬਾਬਾ ਦੀਪ ਸਿੰਘਾ ਮੈਂ ਉਮਰ ਵਿੱਚ ਵੀ ਤੇਰੇ ਨਾਲੋਂ ਵੱਡਾ ਉਹ ਸ਼ਹੀਦੀ ਦਾ ਬਾਟਾ ਵੀ ਤੇਰੇ ਨਾਲੋਂ ਪਹਿਲਾਂ ਛਕਾਂਗਾ ਸੱਦਾ ਸਿੰਘ ਸਾਹਿਬ ਨੂੰ ਬਾਬਾ ਨੌਧ ਸਿੰਘ ਦੇ ਭਤੀਏ ਨੂੰ ਦਮਦਮਾ ਸਾਹਿਬ ਦੀ ਸੇਵਾ ਸੌਂਪ ਕੇ ਇਹ ਸਾਰਾ ਦਲ ਧਰਮ ਦੀ ਜੰਗ ਲੜਨ ਵਾਸਤੇ ਚੱਬੇ ਦੇ ਮੈਦਾਨ ਵਿੱਚ ਆਪਣੇ ਆਪ ਨੂੰ ਸ਼ਹੀਦੀ ਬਾਟੇ ਦੇ ਹਵਾਲੇ ਕਰਨ ਵਾਸਤੇ ਸ਼ਹੀਦੀ ਜਾਮ ਪੀਣ ਵਾਸਤੇ ਹਰ ਸੂਰਮਾ ਕਾਲਾ ਪੈ ਰਿਆ ਸੀ ਇੱਕ ਨੂੰ ਦੂਸਰਾ ਸੂਰਮਾ ਵੱਧ-ਵੱਧ ਕੇ ਮਾਰਨਾ ਚਾਹੁੰਦੇ ਸਨ ਇੱਕ ਤੋਂ ਦੂਸਰਾ ਵੱਧ ਕੇ ਪਹਿਲਾਂ ਸ਼ਹੀਦੀ ਪਾਉਣੀ ਚਾਹੁੰਦਾ ਸੀ ਬਾਬਾ ਦੀਪ ਸਿੰਘ ਸਾਹਿਬ ਦੇ ਕੋਲ ਬੜੇ ਸੂਰਮੇ ਆ ਰਹੇ ਸਨ ਮੈਂ ਪਹਿਲਾਂ ਜਾ ਕੇ ਉਹ ਵੈਰੀ ਦਾ ਹੱਲਾ ਰੋਕਣਾ ਚਾਹੁੰਦਾ ਹਾਂ ਪਰ ਜਦ ਅਮੀਰ ਜਾਨਖਾਨ ਮਾਰਿਆ ਗਿਆ ਉਸ ਤੋਂ ਪਿੱਛੋਂ ਬੜੇ ਸੂਰਮੇ ਰਣ ਮੈਦਾਨ ਵਿੱਚ ਆ ਰਹੇ ਨੇ ਏ ਆਉਣਗੇ ਆਪੋ ਆਪਣੇ ਨੂੰ ਆਪਣੇ ਆਪ ਨੂੰ ਧਰਮ ਦੇ ਪੇਸ਼ ਕਰਨ ਲਈ ਦੀਨ ਦੇ ਪੇਸ਼ ਕਰਨ ਲਈ ਬਾਬਾ ਦੀਪ ਸਿੰਘ ਸਾਹਿਬ ਦੇ ਕੋਲ ਬਾਬਾ ਨੌਥ ਸਿੰਘ ਸਾਹਿਬ ਜੀ ਖੜੇ ਨੇ ਧਰਮ ਯੋਧ ਦਾ ਸਾਰਾ ਹਾਲ ਵੇਖ ਰਹੇ ਨੇ ਇਧਰ ਜਬਰਦਸਤ ਖਾਂ ਵਰਗੇ ਸੂਰਮੇ ਆਪਣੇ ਆਪ ਨੂੰ ਦੀਨ ਉਤੋਂ ਵਰਨ ਲਈ ਸੰਜੋਹਾ ਵਿੱਚ ਮੜੇ ਹੋਏ ਸਰੀਰ ਲੈ ਕੇ ਹਾਥੀਆਂ ਨੂੰ ਤਿਆਰ ਕਰਕੇ ਲਹੂ ਡੋਲਵੀਂ ਲੜਾਈ ਵੇਖਣ ਲਈ ਕਾਲੇ ਪੈਰੇ ਸਨ ਇਸ ਤੋਂ ਅੱਗੇ ਕੀ ਹੋਇਆ ਐਸੇ ਕਹਿ ਸਕਦੇ ਦੂਸਰੇ ਪਾਸੇ ਤੋਂ ਸੁਣੋ ਜੇ ਰੀਲ ਬਦਲੋ ਅਸੀਂ ਤਿਆਰੀ ਕਰ ਲਈ ਇਸ ਕਮਸਾਨ ਦੀ ਜੰਗ ਵਿੱਚ ਸਾਰੇ ਸੂਰਮੇ ਆਪੋ ਆਪਣੀ ਥਾਂ ਹੀ ਆਪਣੇ ਆਪ ਨੂੰ ਬਹਾਦਰ ਅਖਵਾ ਰਹੇ ਸਨ ਜਬਰਦਸਤ ਖਾਂ ਆਪਣਾ ਹਾਥੀ ਛੇੜ ਕੇ ਬਾਬੇ ਦੀਪ ਸਿੰਘ ਵੱਲੇ ਵਧਿਆ ਆ ਰਿਹਾ ਇਹਨੂੰ ਬਲਵੰਤ ਸਿੰਘ ਨਿਹੰਗ ਸਿੰਘ ਨੇ ਵੇਖਿਆ ਆਵਾਜ਼ ਮਾਰੀ ਓਏ ਜਬਰਦਸਤ ਖਾਂ ਤੂੰ ਜਬਰਦਸਤ ਖਾਂ ਤੇ ਮੈਂ ਬਲਵੰਤ ਸਿੰਘ ਤੇਰਾ ਮੈਨੂੰ ਨਾਂ ਬੜਾ ਪਿਆਰਾ ਲੱਗਦਾ ਹੈ ਹਾਣ ਨੂੰ ਹਾਣ ਪਿਆਰਾ ਏ ਨਾਉ ਨੂੰ ਨਾਉ ਪਿਆਰਾ ਤੇਰੀ ਮਾਂ ਨੇ ਤੇਰਾ ਨਾਉ ਜ਼ਬਰਦਸਤ ਖਾਂ ਰੱਖਿਆ ਤੇ ਮੇਰੇ ਪਿਓ ਨੇ ਖੰਡੇ ਵਾਲੇ ਬਾਪੂ ਨੇ ਮੇਰਾ ਨਾਮ ਬਲਵੰਤ ਸਿੰਘ ਰੱਖਿਆ ਓਏ ਬਾਬੇ ਨੂੰ ਫੇਰ ਮਿਲੀ ਪਹਿਲਾਂ ਮੈਨੂੰ ਹੱਥ ਮਿਲਾ ਕੇ ਜਾ ਜਿਵੇਂ ਜ਼ਬਰਦਸਤ ਖਾਂ ਨੂੰ ਬਲਵੰਤ ਸਿੰਘ ਵੰਗਾਰਦਾ ਟੈਕਸਲਾ ਟੀਵੀ ਰਾਹੀਂ ਰਿਕਾਰਡ ਕੀਤਾ ਜਾ ਰਿਹਾ ਬਾਬਾ ਦੀਪ ਸਿੰਘ ਦਾ ਸ਼ਹੀਦੀ ਇਤਿਹਾਸ ਪਿਆਰ ਸਤਕਾਰ ਨਾਲ ਸੁਣੋ ਇਉਂ ਬੇਨਤੀ ਕੀਤੀ ਜਾ ਰਹੀ ਇਹ ਪੁੱਤਰ ਹੈ ਸ਼ੇਰ ਕਾ ਬਾਰਾ ਜਨਤਾ ਸੂਰ ਕੂਕਰ ਸ਼ੁਕਰ ਡਰਤਾ ਹੈ ਰਹੇ ਸ਼ੇਰ ਸੇ ਦੂਰ ਓ ਜੀ ਤੂੰ ਜਬਰਦਸਤ ਖਾਏ ਮੈਨੂੰ ਬਲਵੰਤ ਸਿੰਘ ਕਹਿੰਦੇ ਉਹ ਮਰਦ ਸਦਾਉਂਦੇ ਨਹੀਂ ਖਾਨਾ ਜੋ ਬਦਲਾ ਨਹੀਂ ਲੈਂਦੇ ਓ ਅਜਨੱਥ ਪਾੜਿਆਂਗਾ ਲਗਰਾ ਚਰਦਾਰਾ ਏ ਸਾਨਾ ਕਰ ਪਹਿਲਾ ਆ ਤੂੰ ਹੀ ਮਾਰੇ ਵਿੱਚ ਮਾਨ ਰਹਿਣਾ ਖਾਨਾ ਓ ਤੂੰ ਜਬਰਦਸਤ ਖਾਏ ਮੈਨੂੰ ਬਲਵੰਤ ਸਿੰਘ ਕਹਿੰਦੇ ਓ ਮਰਦ ਸਦਾਉਂਦੇ ਨਹੀਂ ਖਾਨਾ ਜੋ ਬਦਲਾ ਨਹੀਂ ਲੈਂਦੇ ਓ ਅਜ ਨੱਥ ਪਾ ਦਿਆਂਗਾ ਲਗਰ ਚਰਦਾਰਾ ਏ ਸੰਨ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਨ ਰਾਹੇ ਨਾ ਖਾਨਾ ਆਸ਼ਿਕ ਹੂਰਾ ਦਾ ਤੈਨੂੰ ਹੂਰਾ ਕੋਲ ਪਚਾਵਾਂ ਕੋਈ ਫਰਕ ਨਹੀਂ ਨਾਵਾ ਚ ਮਿਲ ਗਿਆ ਹਾਨ ਹਾਨ ਨੂੰ ਸਾਵਾ ਓ ਹਾਨ ਮਚਾ ਲਈਏ ਮਾਰੇ ਹਾਨ ਹਾਨ ਨੂੰ ਤਨ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਨ ਰਹੇ ਰਖਾ ਨਾ ਓ ਕਿਸਮਤ ਦੇ ਚੱਕਰ ਨੇ ਤੈਨੂੰ ਮੇਰੇ ਕੋਲ ਪਹਚਾਇਆ ਅਨਜਲ ਹੀ ਬੰਦੇ ਨੂੰ ਇੱਕ ਤੋਂ ਦੂਜੀ ਜਗਾ ਲਿਆਇਆ ਓ ਰਾ ਤੇਰੇ ਲਈਏ <laughs> ਸਿੱਧੇ ਲਾ ਜੋਗੀ ਦੀ ਲਾਈਏ ਜਿਸਮ ਵਤਨ ਦੇ ਲੇਖੇ ਫਰਦੀ ਜਰਨ ਵਾਲੇ ਤੂੰ ਤੁਰਿਆ ਮੰਨ ਦਿੱਤ ਦਾ ਗਾਣਾ ਕਰ ਪਹਿਲਾ ਵਾਰ ਤੂੰ ਮਨ ਵਿੱਚ ਮਾਨ ਰਹੇ ਨਾ ਖੰਨਾ ਜਿਸ ਬੰਦੇ ਵਿੱਚ ਖੂਨ ਹੋਵੇ ਜਿਸ ਬੰਦੇ ਵਿੱਚ ਜੁਰਤ ਹੋਵੇ ਜਿਸ ਬੰਦੇ ਵਿੱਚ ਤਾਕਤ ਹੋਵੇ ਉਹਨੂੰ ਕੋਈ ਵੰਗਾਰੇ ਜੇ ਫਿਰ ਉਹ ਵੰਗਾਰ ਦਾ ਜਵਾਬ ਨਾ ਦੇਵੇ ਤੇ ਉਹ ਫਿਰ ਜਵਾਨ ਕੀ ਹੋਇਆ ਜਬਰਦਸਤ ਖਾਨ ਨੂੰ ਆਪਣੇ ਆਪ ਤੇ ਬੜਾ ਮਾਨ ਸੀ ਇਹਦੀ ਗੱਡੇ ਦੀ ਨਭ ਵਰਗੀ ਧੌਣ ਇਹਨੂੰ ਤੁਰਦਿਆਂ ਆਪਣੇ ਪੈਰ ਨਹੀਂ ਸੀ ਦੀਦੇ ਕੋਲੂ ਦੀ ਲਾਠ ਵਰਗੀਆਂ ਲੱਤਾਂ ਦੇਖ ਜਿੱਡਾ ਇਹਦਾ ਸਿਰ ਖਨੋਟ ਖਨੋਟ ਜਿੱਡੀਆਂ ਅੱਖਾਂ ਮਾਨ ਵਿੱਚ ਆ ਗਿਆ ਕਹਿੰਦਾ ਓਏ ਬਲਵੰਤ ਸਿਆ ਇਉਂ ਜਾਪਦਾ ਕਿ ਤੈਨੂੰ ਮੌਤ ਘੇਰ ਕੇ ਮੇਰੀ ਤਲਵਾਰ ਦੇ ਥੱਲੇ ਲਿਆਈ ਐ ਤੈਨੂੰ ਮਾਰ ਕੇ ਘੇਰ ਕੇ ਮੇਰੇ ਤੀਰ ਦਾ ਨਿਸ਼ਾਨਾ ਬਣਨ ਲਈ ਲਿਆਈ ਐ ਉਹ ਮੈਂ ਨਵੇਂ ਤੀਰਾਂ ਦਾ ਪੱਥਾ ਬਣਵਾ ਕੇ ਲਿਆਂਦਾ ਮੈਂ ਨਵੇਂ ਚੱਕਰ ਲਿਆਂਦੇ ਨੇ ਇਉਂ ਜਾਵਦਾ ਤੇਰੇ ਖੂਨ ਨਾਲ ਮੇਰੇ ਤੀਰਾਂ ਦੀ ਚੱਠ ਹੋਵੇਗੀ ਜਬਰਦਸਤ ਖਾਂ ਮਾਨ ਵਿੱਚ ਆਉਂਦਾ ਔਰ ਉਹ ਬਲਵੰਤ ਸਿੰਘ ਸਾਹਿਬ ਤੇ ਵਾਰ ਕਰਨਾ ਚਾਹੁੰਦਾ ਸਰਦਾਰ ਬਲਵੰਤ ਸਿੰਘ ਨਿਹੰਗ ਸਿੰਘ ਨੂੰ ਜਬਰਦਸਤ ਸੰਗਮ ਗਾਰ ਕੇ ਜਿਵੇਂ ਮਾਰਨਾ ਚਾਹੁੰਦਾ ਉਸ ਵੇਲੇ ਦਾ ਸੀਨ ਕਵੀ ਦੀ ਕਲਮ ਨੇ ਇਉਂ ਬਿਆਨ ਕੀਤਾ ਹੈ ਵੈਰ ਲੈਣ ਦੀ ਵੀਰ ਦਾ ਰੁਸਤਮ ਖਾਨ ਦਲੇਰਾ ਚਾਹੁੰਦਾ ਕੱਚਾ ਦਰਨਨਾ ਜਿਉਂ ਪੇਡਾ ਨੂੰ ਸ਼ੇਰ ਜਦ ਜਬਰਦਸਤ ਖਾਨ ਨੇ ਗੁੱਸੇ ਵਿੱਚ ਆ ਤੀਰ ਚਲਾਇਆ ਜੋ ਦੇ ਦੇ ਸਿਰ ਤੋਂ ਦੀ ਲੰਗਿਆ ਹੱਥ ਦੇ ਗੁਰਾਂ ਬਚਾਇਆ ਉਹ ਵੱਟ ਪੈ ਗਏ ਮੱਥੇ ਤੇ ਜੋ ਰਵਾੰਗ ਸ਼ੇਰ ਬੇੜ ਕੇ ਓਏ ਪੁੱਤ ਬਠਾਣ ਦਿਆ ਹੋਣੀ ਸਿਰ ਤੇਰੇ ਤੇ ਕੜ ਕੇ ਜਦ ਜਬਰ ਦਸਤ ਖਾਲੇ ਗੁੱਸੇ ਵਿੱਚ ਆ ਤੀਰ ਚਲਾਇਆ ਜੋਦੇ ਦੇ ਸਿਰ ਤੋਂ ਦੀ ਲੰਗਿਆ ਹੱਥ ਦੇ ਗੁਰਾਂ ਬਚਾਇਆ ਉਹ ਵੱਡ ਪੈ ਗਏ ਮੱਥੇ ਤੇ ਜੋਰਾਂ ਵਾਂਗੂ ਸ਼ੇਰ ਦੇ ਬੜ ਕੇ ਓਏ ਪੁੱਤ ਬਠਾਣ ਦਿਆ ਹੋਣੀ ਸਿਰ ਤੇਰੇ ਤੇ ਕੜ ਕੇ ਕੱਟ ਬਦਲ ਪੈਦੜੇ ਨੂੰ ਦੂਜਾ ਵਾਰ ਖਾਨ ਨੇ ਕੀਤਾ ਜੋਦੇ ਦੀ ਛੋਵੀਣੀ ਜੋਦੇ ਦੀ ਥੋੜਾ ਖੂਨ ਤੀਰਨੇ ਪੀਤਾ ਸਤਿ ਸ੍ਰੀ ਅਕਾਲ ਕਹੇ ਸੂਰ ਸ਼ੇਰਵਾਨ ਪੁੱਗ ਮਾਰੇ ਕਰ ਹਿਲਾ ਜਾਣ ਲਈ ਖਾਨਾ ਯਾਰ ਵਿਛੜ ਗਏ ਸਾਰੇ ਚੱਕਰ ਨੂੰ ਚਾੜ ਲਿਆ ਉਂਗਲੇ ਪਲ ਤੋਂ ਪਲ ਕੁਮਾਇਆ ਪਰ ਭੁੱਖਾ ਬਾਜ ਜਿਉਂ ਅਰਸ਼ੋਂ ਝਟ ਕੁੰਜਾਂ ਵਾਲ ਆਇਆ ਉਹ ਫਿਰ ਜਵਰਦਸਤ ਖਾਨ ਤੋਂ ਰੁਕਿਆ ਚੱਕਰ ਨਾ ਸੇ ਲਾ ਗਿਆ ਤਕਵੀਰ ਤਰਫ ਦੇ ਨੂੰ ਗੁੱਸਾ ਰੁਸਤਮ ਖਾਨ ਨੂੰ ਆ ਗਿਆ ਕਹੇ ਖਾਨ ਖਾਲਸਾ ਜੀ ਕਰ ਲੋ ਤੁਰ ਦਰਗਾਹ ਦੇ ਤਿਆਰੇ ਮੈਂ ਪਲ ਵਿੱਚ ਕਰ ਦਿਆਂਗਾ ਫੈਸਲਾ ਇੱਕ ਅੱਖ ਦੇ ਫੁਲਕਾਰੇ ਤਾ ਕੋਈ ਨਹੀਂ ਤੁਰਦਾ ਹਾਰਨ ਓਸਾ ਵੀ ਜੰਗ ਹੋਈ ਦੋਵੇਂ ਮੁੜ ਕੋ ਮੁੜ ਕੀ ਹੋ ਗਏ ਗਲ ਯਾਰ ਨੇ ਲਾਉਣਾ ਨਹੀਂ ਕੱਚਾ ਵੇਖਦੇ ਪਿੱਛੇ ਖਲੋ ਗਏ ਲੜਦਿਆਂ ਲੜਦਿਆਂ ਦੇ ਸੰਝੇ ਵਾਰ ਆਖਰੀ ਚੱਲੇ ਸੰਝੇ ਵਾਰ ਆਖਰੀ ਚੱਲੇ ਰੂ ਮਾਰ ਉਡਾਰੀਆਂ ਗਈ ਜੋਧਿਆਂ ਅਸਲ ਟਿਕਾਣੇ ਮੱਲੇ ਓ ਟਾਲਾਂ ਦਕੇ ਜਾਪਣ ਮੂਤੇ ਗਾਣੇ ਪਾਉਂਗੇ ਸਭ ਵੈਰ ਮਟਾ ਕੇ ਤੇ ਆਣੀ ਨਾਲ ਖੁਸ਼ੀ ਦੇ ਸੋਂਗੇ ਓਏ ਤੜ ਡਿਗਪੇ ਧਰਤੀ ਤੇ ਓਏ ਤੜ ਡਿਗਪੇ ਧਰਤੀ ਤੇ ਪੰਜਾ ਇੱਕ ਦੂਜੇ ਨਾਲ ਪਾ ਕੇ ਜੋਗੀ ਸਰਦਾਰ ਕਈ ਗੁਰਮੁਖਵਾਰ ਦੱਸਣਗੇ ਗਾ ਕੇ ਜਵਰਦਸਤ ਖਾਨੇ تیر ਚਲਾਇਆ ਤੇ ਬਲਵੰਤ ਸਿੰਘ ਨੇ ਤੀਰ ਰੋਕਿਆ ਬਚ ਗਿਆ ਉਹਦੇ ਵਾਰ ਤੋਂ ਬਲਵੰਤ ਸਿੰਘ ਜ਼ਬਰਦਸਤ ਖਾਨ ਨੇ ਫੇਰ ਵਾਰ ਕੀਤਾ ਤੇ ਬਲਵੰਤ ਸਿੰਘ ਫੇਰ ਬਚ ਗਿਆ ਕਹਿੰਦਾ ਓਏ ਖਾਨਾ ਵਾਰ ਤੀਸਰਾ ਵੀ ਕਰ ਲੈ ਖਾਲਸਾ ਪਹਿਲਾ ਵਾਰ ਕਰਦਾ ਨਹੀਂ ਤੇ ਹাদার ਕਿਸੇ ਦਾ ਰੱਖਦਾ ਨਹੀਂ ਜਦੋਂ ਤੀਸਰਾ ਵਾਰ ਜ਼ਬਰਦਸਤ ਖਾਨ ਨੇ ਕੀਤਾ ਇਹਦੇ ਤੋਂ ਵੀ ਬਲਵੰਤ ਸਿੰਘ ਬਚ ਗਿਆ ਫਿਰ ਬਲਵੰਤ ਸਿੰਘ ਨੇ ਆਖਿਆ ਓਏ ਜ਼ਬਰਦਸਤ ਖਾਨ ਤੈਨੂੰ ਵਾਰ ਕਰਨ ਦੀ ਤੇਰੇ ਉਸਤਾਦ ਨੇ ਜਾਜ ਪੂਰੀ ਨਹੀਂ ਸਿਖਾਈ ਸਤ ਸ੍ਰੀ ਅਕਾਲ ਕਹਿ ਕੇ ਚੱਕਰ ਚਾੜਿਆ ਉਂਗਲ ਤੇ ਘੁਮਾਇਆ ਤੇ ਜਿੰਕਾਰਾ ਛੱਡ ਕੇ ਚੱਕਰ ਚਲਾ ਦਿੱਤਾ ਜ਼ਬਰਦਸਤ ਖਾਂ ਦਾ ਸਿਰ ਹਾਥੀ ਦੀ ਹਮਾਰੀ ਵਿੱਚੋਂ ਥੱਲੇ ਡਿੱਗਾ ਜਿਵੇਂ কুমਹਾਰ ਚੱਕ ਤੋਂ ਭਾਂਡਾ ਲਾ ਕੇ ਪਾਸੇ ਰੱਖ ਦਿੰਦਾ ਹੈ ਜ਼ਬਰਦਸਤ ਖਾਂ ਦਾ ਭਰਾ ਰੁਸਤਮਦੀਨ ਬੜਾ ਦਲੇਰ ਸੀ ਬੜਾ ਜਵਾਨ ਸੀ ਬੜਾ ਫੁਰਤੀਲਾ ਸੀ ਕਹਿੰਦਾ ਓਏ ਨਿਹੰਗਸਿਆਂ ਓਏ ਬਲਵੰਤ ਸਿਆਂ ਇਸ ਤਰ੍ਹਾਂ ਲੜਨ ਵਿੱਚ ਕੋਈ ਆਨੰਦ ਨਹੀਂ ਓਏ ਦੂਰੋਂ ਚੱਕਰਾਂ ਨਾਲ ਸੂਰਮਿਆਂ ਨੂੰ ਮਾਰੀ ਜਾਣਾ ਇਹ ਕੋਈ ਬਹਾਦਰੀ ਹੈ ਜੇ ਕੋਈ ਦਲੇਰੀ ਹੈ ਜੇ ਕੋਈ ਤਾਕਤ ਹੈ ਬਾਹਾਂ ਵਿੱਚ ਆ ਜਰਾ ਘੋੜਿਆਂ ਥੱਲੇ ਵੇਖ ਖਾਨ ਨਾਲ ਹੱਥ ਕਰਕੇ ਜ਼ਬਰਦਸਤ ਖਾਨ ਦੇ ਭਰਾ ਦੀ ਗੱਲ ਸੁਣ ਕੇ ਬਲਵੰਤ ਸਿੰਘ ਕਹਿੰਦਾ ਓਏ ਰੁਸਤਮ ਖਾਨਾ ਮੇਰਾ ਚਿੱਤ ਚਾਹੁੰਦਾ ਸੀ ਕਿ ਤੇਰੇ ਭਰਾ ਦੇ ਨਾਲ ਤੈਨੂੰ ਤੋੜ ਦਿੰਦਾ ਵਿਥਣਾ ਪੈਂਦੀ ਪਰ ਜੇ ਤੇਰਾ ਤਲਵਾਰ ਨਾਲ ਲੜਨ ਦਾ ਇਰਾਦਾ ਤੇ ਖਾਲਸਾ ਪਿਆਰ ਹੈ ਛਾਲ ਮਾਰ ਕੇ ਬਲਵੰਤ ਸਿੰਘ ਘੋੜੇ ਤੋਂ ਉਤਰਿਆ ਰੁਸਤਮ ਘੋੜੇ ਤੋਂ ਉਤਰਿਆ ਲਹੂ ਡੋਲਵੀ ਲੜਾਈ ਹੋਈ ਆਖਰ ਲੜਦਿਆਂ ਲੜਦਿਆਂ ਦੋਵੇਂ ਸੂਰਮੇ ਸਦਾ ਦੀ ਨੀਂਦ ਸੌਂਗ ਹੈ ਤੜਫ ਰਹੇ ਸਨ ਵੈਰੀ ਸਿੰਘ ਸੂਰਮੇ ਵੱਧ ਵੱਧ ਕੇ ਤੇਗਾਂ ਮਾਰ ਰਹੇ ਸਨ ਇੱਕ ਤੋਂ ਦੂਜਾ ਜ਼ਿਆਦਾ ਹਿੱਸਾ ਲੈਣ ਦੀ ਰਣ ਮੈਦਾਨ ਵੱਲੇ ਵਧ ਰਿਆ ਸੀ ਜਕੂਬ ਖਾਂ ਜਰਨੈਲ ਨੂੰ ਬੜਾ ਗੁੱਸਾ ਆਇਆ ਕਹਿੰਦਾ ਗੱਲ ਮੁਕਾਉਣੀ ਚਾਹੀਦੀ ਏ ਬੜੀ ਲਹੂ ਡੋਲਵੀਂ ਲੜਾਈ ਵਿੱਚੋਂ ਦੀ ਲੰਘਦਾ ਹੋਇਆ ਜਕੂਬ ਖਾਂ ਇਹਨੇ ਬਾਬੇ ਦੀਪ ਸਿੰਘ ਸਾਹਿਬ ਨੂੰ ਵੰਗਾਰਿਆ ਕਹਿੰਦਾ ਓਏ ਬਾਬਾ ਦੀਪ ਸਿੰਘ ਮੈਂ ਤੇਰੇ ਨਾਲ ਲੋਹਾ ਲੈਣਾ ਚਾਹੁੰਦਾ ਹਾਂ ਗੁੱਸੇ ਵਿੱਚ ਆ ਕਿਹਾ ਜਕੂਬ ਖਾਂ ਨੇ ਓ ਤੇਰੇ ਸਿੰਘਾਂ ਨਿਸ਼ਾਨ ਮਿਟਾ ਦੇਵਾਂਗਾ ਲੜਕੇ ਸਿੰਘ ਨੇ ਜਿਨ੍ਹਾਂ ਨੂੰ ਫਲ ਖਾਣੇ ਲੜਕੇ ਸਿੰਘਾਂ ਨੇ ਜਿਨ੍ਹਾਂ ਦੇ ਫਲ ਖਾਣੇ ਓਏ ਬੂਟੇ ਬਾਗ ਦੇ ਜੜੋ ਪਟਾ ਦੇਾਂਗਾ ਤੈਨੂੰ ਜੰਗ ਦੀਆਂ ਚੜੀਆਂ ਲਾਲੀਆਂ ਨੇ ਵਿੱਚ ਪਲਾਂ ਦੇ ਰੰਗ ਬਟਾ ਦੇਾਂਗਾ ਓ ਮਿੰਟਾਂ ਵਿੱਚ ਜੋਗੀ ਤੈਨੂੰ ਜਿੱਤਣਾ ਮੈਂ ਨਹੀਂ ਤਾਂ ਆਪਣਾ ਜਿਸਮ ਲੁਟਾ ਦੇਾਂਗਾ ਬੜਾ ਗੁੱਸਾ ਆਇਆ ਜਕੂਬ ਖਾਨ ਨੂੰ ਬਾਬਾ ਜੀ ਆਏ ਰੋਹ ਵਿੱਚ ਕਹਿੰਦੇ ਓਏ ਜਕੂਬ ਖਾਨ ਤਿਆਰ ਹੋ ਜਾ ਤੈਨੂੰ ਮੌਤ ਉਡੀਕਦੀ ਐ ਖੰਡਾ ਚਮਕਿਆ ਬਿਜਲੀ ਦੇ ਵਾਂਗ ਸਿੰਘ ਦਾ ਗੇਲੀ ਵਾਂਗ ਪਠਾਨ ਨੂੰ چیر ਗਿਆ ਹੂਰਾ ਲੈਣ ਨੂੰ ਅੱਲਾ ਦੇ ਬਹਿਸ਼ਤ ਵਿੱਚੋਂ ਬਿਨਾ ਟਿਕਟ ਤੋਂ ਘੱਟ ਵਹਿਰ ਗਿਆ ਜਿਹੜਾ ਨਸ਼ਾ ਅੰਗੂਰਾਂ ਦਾ ਚਾਹੁੰਦਾ ਸੀ ਤੜਫ ਤੜਫ ਕੇ ਮੰਗਦਾ ਨੀਰ ਗਿਆ ਮਰ ਕੇ ਜਾਂਦੇ ਨੇ ਮਾੜੇ ਦੇ ਕਰਮ ਜਿੱਥੇ ਉਹਨਾਂ ਰਸਤਿਆਂ ਰਾਹੀਂ ਅਮੀਰ ਗਿਆ ਹਾਰੀ ਹੌਸਲਾ ਫੌਜ ਬਦਾਲੀਆਂ ਦੀ ਨਸਨ ਵਾਸਤੇ ਫੌਜ ਤਿਆਰ ਹੋ ਗਈ ਉਹ ਜੋਗੀ ਬਿਨਾ ਜਰਨੈਲ ਦੇ ਫੌਜ ਖਾਲੀ ਬਿਨਾ ਆਗੂ ਤੋਂ ਕੌਮ ਬੇਕਾਰ ਹੋ ਗਈ ਲੜਦੇ ਲੜਦੇ ਸੂਰਮੇ ਆਪਣੇ ਆਪ ਨੂੰ ਭੁੱਲਦੇ ਜਾ ਰਹੇ ਸਨ ਕਹਿੰਦੇ ਨੇ ਜਮਾਲ ਖਾਨ ਜਰਨੈਲ ਗੁੱਸੇ ਵਿੱਚ ਆ ਗਿਆ ਕਹਿੰਦਾ ਓਏ ਬਾਬਾ ਦੀਪ ਸਿੰਘਾ ਤੂੰ ਬੜੇ ਸੂਰਮੇ ਮੇਰੇ ਵੇਦਿਆਂ ਮਾਰੇ ਨੇ ਪਰ ਮੈਂ ਤੈਨੂੰ ਜਹਾਨ ਤੋਂ ਤੋੜ ਦੇਣਾ ਚਾਹੁੰਦਾ ਹਾਂ ਵਧਿਆ ਹੋਇਆ ਖਾਨ ਬਾਬਾ ਦੀਪ ਸਿੰਘ ਵਲੇ ਤੁਰਿਆ ਆਉਂਦਾ ਹੈ ਇਹ ਵੇਖੇ ਖੂਨੀ ਕਾਰੇ ਜਦੋਂ ਜਮਾਲ ਖਾਂ ਉਹ ਤੋਂ ਵੇਖ ਨਾ ਗਏ ਸਹਾਰੇ ਸਾਥੀ ਤੜਫਦੇ ਉਹ ਆ ਕੇ ਖੜਾ ਵੰਗਾਰੇ ਬਾਬਾ ਸਾਹਿਬ ਨੂੰ ਕਹਿੰਦਾ ਉਹ ਸਿੰਘਾ ਕਰ ਲੈ ਤਿਆਰੇ ਤੁਰ ਦਰਗਾਹ ਦੇ ਤੂੰ ਲੱਖਾਂ ਕਹਿਰ ਗੁਜਾਰੇ ਮੇਰੇ ਵੇਦਿਆਂ ਮੈਂ ਦਰਗਾਹ ਪਹਚਾਵਾਂ ਤੈਨੂੰ ਮਾਰ ਕੇ ਜਵਾਨ ਜਹਾਨ ਜਮਾਲ ਖਾਂ ਬਾਬਾ ਦੀਪ ਸਿੰਘ ਦੇ ਸਾਹਮਣੇ ਆਣ ਕੇ ਜਿਵੇਂ ਵੰਗਾਰਦਾ ਉਸ ਵੇਲੇ ਬਾਬਾ ਦੀਪ ਸਿੰਘ ਔਰ ਜਮਾਲ ਖਾਨ ਆਮੋ ਸਾਹਮਣੇ ਆ ਰਹੇ ਨੇ ਸੀਲ ਕਵੀ ਦੀ ਕਲਮ ਨੇ ਇਉਂ ਬਿਆਨ ਕੀਤਾ ਸੁਣੀਏ ਤੱਕ ਕੇ ਖਾਨ ਜਮਾਲ ਖਾਨ ਇਉਂ ਮਾਰੀ ਲਲਕਾਰ ਬਾਬਾ ਤੇਥੋਂ ਖਾਨ ਦਾ ਰੋਗ ਨਹੀਂ ਹੋਣਾ ਵਾਰਾ ਜਵਾਨ ਜਹਾਨ ਜਮਾਲ ਖਾਨ ਇਉਂ ਮਾਰੀ ਲਲਕਾਰ ਵੱਲ ਬਹਿਸ਼ਤਾ ਸਿੰਘ ਜੀ ਹੋ ਜਾ ਤੁਰਤ ਤਿਆਰ ਓਏ ਇੱਕ ਇੱਕ ਗਾੜੀ ਮਰੇ ਦਾ ਪਾ ਰਾਂ ਨਾ ਮੈਂ ਮੁੱਲਾ ਸਿੱਖੀ ਖੜੀ ਬਹਾਰ ਤੇ ਜਾਉ ਹਾਂ ਨੇਰੀ ਚੋਲਾ ਐਲੀ ਐਲੀ ਪੁਕਾਰਦਾ ਵਧਿਆ ਬਾਬੇ ਵੱਲ ਕਹਿੰਦਾ ਓ ਕਾ ਸਿੰਘ ਜੀ ਮੁੱਕ ਗਿਆ ਅਨਜਲ ਓ ਅੱਖਾਂ ਉਹਦੀਆਂ ਮਗਦੀਆਂ ਜੋ ਵਗਦੇ ਅੰਗਿਆਰਾ ਵਧਿਆ ਇਹ ਬੇਵਾਰ ਲਈ ਖਾਨ ਬੜਾ ਹੁਸ਼ਿਆਰਾ ਮੁੜਕੋ ਮੁੜਕੀ ਹੋ ਗਿਆ ਮੁੜਕੋ ਮੁੜਕੀ ਹੋ ਗਿਆ ਖਾਨ ਗੁੱਸੇ ਦੇ ਨਾਲ ਅੱਖੇ ਬਾਬਾ ਸਾਹਿਬ ਜੀ ਦੁਜੇ ਬੁਲਾਉਂਦਾ ਕਾਲ ਦਿਲ ਵਿੱਚ ਮਾਨ ਨਾ ਰਹਿ ਜਵੇ ਬੁੱਢਿਆ ਤੇਗ ਸੰਭਾਲ ਪਲਾ ਚ ਮੇਰੀ ਤੇਗ ਦਾ ਲੱਗੋ ਲੈਣ ਜੰਗਾਲਾ ਸੁਣੀ ਜਾ ਬਾਬੇ ਸਾਹਿਬ ਨੇ ਸੁਣੀ ਜਾ ਬਾਬੇ ਸਾਹਿਬ ਨੇ ਖਾਨ ਬੋਲਦਾ ਕੂੜ ਇਹਦਾ ਜਹੰਨਮ ਜਾਣਦਾ ਬਣਿਆ ਜਾਪੇ ਮੂਰ ਉਹ ਸੂਨ ਜ ਚੜਿਆ ਜਸਤਰਾ ਓ ਭਗਤ ਦਾ ਸਰਦਾਰਾ ਬਿਜਲੀ ਤੋਂ ਵੱਧ ਚਮਕਦੀ ਯੋਧੇ ਦੀ ਤਲਵਾਰਾ ਗੁੱਡੀ ਚੜਦੀ ਉਹਨਾਂ ਦੀ ਗੁੱਡੀ ਚੜਦੀ ਉਹਨਾਂ ਦੀ ਲੋਕੋ ਗੁੱਡੀ ਚੜਦੀ ਉਹਨਾਂ ਦੀ ਪੱਲੇ ਜਿਨ੍ਹਾਂ ਦੇ ਸੱਚ ਧਰਮ ਜੁੱਧ ਦੀ ਸ਼ਮਾਤੇ ਜਾਨ ਪਤੰਗੇ ਮੱਚ ਓ ਡੋਲੇ ਫਰਕੇ ਸ਼ੇਰ ਦੇ ਪਏ ਮੱਥੇ ਤੇ ਵਟ ਖਾਣਾ ਤੈਥੋਂ ਸਿੰਗੜਾ ਰੋਗ ਨਹੀਂ ਹੋਣਾ ਕਟ ਅੱਗੇ ਆਹੰਕਾਰ ਆ ਕਹਿੰਦਾ ਅੱਗੇ ਆਹੰਕਾਰ ਆ ਫੋਕੀਆਂ ਫੜਾ ਨਾ ਮਾਰ ਖੰਡਾ ਤੇਰੇ ਜਿਸਮ ਚੋਂ ਨਿਕਲ ਜਾਊਗਾ ਪਾਰ ਓ ਤੇਰਾ ਹਜ਼ਰਤ ਅਲੀ ਏ ਮੇਰਾ ਦਸਵਾ ਪੀਰਾ ਦਿਲ ਵਿੱਚ ਰਹਿ ਅਰਮਾਨ ਨਾ ਕਰ ਲਵਾਰ ਅਖੀਰਾ ਓ ਦੋਹਾਂ ਦਲਾਂ ਦੇ ਸੂਰਮੇ ਯਾਰ ਦੋਹਾਂ ਦਲਾਂ ਦੇ ਸੂਰਮੇ ਲੱਗੇ ਲੱਗੇ ਆਣ ਅੱਖ ਬਚਾ ਕੇ ਢੰਗ ਨਾਲ ਲੱਗੇ ਵਾਰ ਚਲਾਣ ਓ ਮਖਣੀ ਪੜੇ ਸਰੀਰ ਦੇ ਲੱਗੇ ਨਿਕਲਣਾ ਵਟਾ ਪੈਂਦੀ ਉੱਪਰ ਢਾਲ ਦੇ ਮਾਨ ਵਦਾਣਾ ਸੱਟ ਗੁੱਸਾ ਲੈ ਲੈ ਸੂਰਮੇ ਗੁੱਸਾ ਲੈ ਲੈ ਸੂਰਮੇ ਇੱਕ ਦੂਜੇ ਨੂੰ ਪੈਣ ਖਾਨੋਂ ਤਾਥੋਂ ਮੰਦਰ ਦਾ ਆਏ ਆ ਬਦਲਾ ਲੈਣ ਓ ਵੇ ਜੀ ਦੀ ਜੰਗ ਤੋਂ ਬਾਅਦ ਸਾਂਝਾ ਵਾਰ ਚੱਲ ਗਿਆ ਬਾਬਾ ਦੀਪ ਸਿੰਘ ਸਾਹਿਬ ਔਰ ਜਮਾਲ ਖਾਨ ਜਰਨੈਲ ਧਰਤੀ ਤੇ ਡਿਗ ਪਏ ਹੋਣੀ ਨੇ ਆਖਿਆ ਬਾਬਾ ਦੀਪ ਸਿੰਘਾ ਅਜੇ ਤੇ ਅੰਮ੍ਰਿਤਸਰ 5 ਮੀਲ ਐ ਇੱਥੇ ਡੇਰਾ ਲਾ ਕੇ ਬਹਿ ਗਿਆਂ ਕੀ ਵਾਅਦਾ ਕੀਤਾ ਈ ਕੀ ਆਖਿਆ ਸੀ ਅੰਮ੍ਰਿਤਸਰ ਪਹੁੰਚ ਕੇ ਸਿਰ ਦਾ ਚੜਾਵਾ ਚੜਾਵਾਂਗਾ ਬਾਬਾ ਮੈਂ ਸੁਣਿਆ ਸੀ ਕਿ ਸਿੰਘ ਝੂਠ ਨਹੀਂ ਬੋਲਦੇ ਮੈਂ ਸੁਣਿਆ ਸੀ ਜਿਹੜੇ ਕਲਗੀ ਵਾਲੇ ਦਾ ਅੰਮ੍ਰਿਤ ਛਕਦੇ ਨੇ ਉਹਨਾਂ ਨੂੰ ਸਿੰਘ ਕਹਿੰਦੇ ਨੇ ਔਰ ਸਿੰਘਾਂ 'ਚ ਸਿਫਤ ਹੈ ਭਈ ਉਹ ਝੂਠ ਨਹੀਂ ਬੋਲਦੇ ਅੰਮ੍ਰਿਤ ਧਾਰੀ ਹੋ ਕੇ ਨਿਹੰਗ ਸਿੰਘ ਹੋ ਕੇ ਝੂਠ ਬੋਲ ਲਈ ਹੋਣੀ ਗੁੱਸੇ ਵਿੱਚ ਆਈ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਨੂੰ ਤਾਨੇ ਮਾਰਦੀ ਹੈ ਜਿਵੇਂ ਬੋਲੀਆਂ ਮਾਰਦੀ ਹੈ ਬਾਬਾ ਦੀਪ ਸਿੰਘ ਜੀ ਧਰਤੀ ਤੇ ਪਏ ਹੋਏ ਨੇ ਹੋਣੀ ਬਾਬਾ ਦੀਪ ਸਿੰਘ ਨੂੰ ਜਿਵੇਂ ਤਾਨੇ ਦਿੰਦੀ ਐ ਇਸ ਸ਼ੇਰ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ ਹੈ ਸੁਣੀਏ ਖਿੜਖੜ ਹੋਣੀ ਹੱਸ ਕੇ ਓ ਮਾਰੀ ਲਲਕਾਰ ਪਰਣ ਤੋੜ ਕਿਉਂ ਬੈਗਿਆ ਸਿੰਗਾਰਾ ਵਿੱਚ ਕਾਰ ਖਿੜਖੜ ਹੱਸ ਕੇ ਹੋਣੀ ਕਹਿਣ ਲੱਗੀ ਖਿੜਖੜ ਹੱਸ ਕੇ ਹੋਣੀ ਕਹਿਣ ਲੱਗੀ ਹਾਲਾ ਹਰੀ ਮੰਦਰ ਤੇਰਾ ਆਇਆ ਨਹੀਂਓ ਬੰਦਮੇ ਦਮ ਘਰੇ ਪ੍ਰਮਾਰਦਾ ਸਦਾਵਾ ਦਮੇ ਦਮ ਘਰੇ ਪ੍ਰਮਾਰਦਾ ਸੈਂ ਬਾਬਾ ਸੀਸ ਤੂੰ ਪੇੜ ਚੜਾਇਆ ਨਹੀਂਓ ਓ ਪੰਜ ਮੀਲ ਉੱਤੇ ਡੇਰਾ ਗੱਡ ਬੈਠਾ ਪੰਜ ਮੀਲ ਉੱਤੇ ਡੇਰਾ ਗੱਡ ਬੈਠਾ ਬਚਨ ਬੋਲਿਆ ਤੋੜ ਚੜਾਇਆ ਨਹੀਂਓ ਬੱਕਿਆਂ ਜੜੀ ਅਰਦਾਸ ਤੋਰਨਾ ਲਗਿਆਂ ਜਿਹੜੀ ਅਰਦਾਸ ਕੀਤੀ ਬਾਬਾ ਸਿੱਖੀ ਦਾ ਜੋਹਰ ਵਿਖਾ ਨਈਓ ਓ ਤੇਰਾ ਵੈਰੀਆਂ ਨੇ ਮੰਦਰ ਮੱਲਾਈ ਤੇਰਾ ਵੈਰੀਆਂ ਨੇ ਮੰਦਰ ਮੱਲਾਈ ਦੇ ਕੇ ਸੀਸ ਆਜ਼ਾਦ ਕਰਵਾਇਆ ਨਈਓ ਓ ਜਿਹੜੇ ਪੁਰਾਣੂ ਇਹਨਾ ਸਦਕਾਰ ਦਾਸ ਐ ਜਿਹੜੇ ਗੁਰਾਂ ਨੂੰ ਇਹਨਾ ਸਦਕਾਰ ਦਾਸ ਸੀਸ ਉਨਾਂ ਦੇ ਕੋਲ ਪੰਚਾਇਆ ਨਹੀਂਓ ਓ ਇੰਨਾ ਜਿਹੜੇ ਸ਼ਹੀਦਾਂ ਨੂੰ ਸਿਮਰਦਾਸ ਐ ਉਹ ਇੰਨਾ ਜਿਹੜੇ ਸ਼ਹੀਦਾਂ ਨੂੰ ਸਿਮਰਦਾਸ ਐ ਉਹਨੇ ਵੇਖ ਲੈ ਤੈਨੂੰ ਬਚਾਇਆ ਨਹੀਂਓ ਓ ਇਸ ਵਾਸਤੇ ਹੋਣੀ ਪਰਬਲ ਬਾਬਾ ਇਸ ਵਾਸਤੇ ਹੋਣੀ ਪਰਬਲ ਬਾਬਾ ਉਹਦਾ ਕਿਸੇ ਨੇ ਬਚਣੇ ਦੇ 5 ਮੀਲ ਹੈ ਤੇਰੇ ਗੁਰੂ ਦਾ ਮੰਦਰ ਤੇਰੇ ਵੈਰੀਆਂ ਦੇ ਕਬਜ਼ੇ ਵਿੱਚ ਹੈ ਝੂਠ ਬੋਲਿਆਈ ਤੇਰਾ ਪਰਨ ਟੁੱਟ ਗਿਆ ਮੈਂ ਸੱਚੀ ਆ ਬਾਬਾ ਦੀਪ ਸਿੰਘਾ ਤੂੰ ਝੂਠਾ ਹੋ ਗਿਆ ਨਿਹੰਗ ਸਿੰਘ ਕਹਿੰਦੇ ਨੇ ਜੀ ਕਿ ਸਾਂਝਾ ਵਾਰ ਹੋ ਜਾਇਆ ਕਰਦਾ ਇੱਕ ਨਿਹੰਗ ਸਿੰਘ ਬਾਪੂ ਜਿਹਨੂੰ ਉਸਤਾਦ ਵੀ ਕਹਿੰਦੇ ਨੇ ਮਾਸਟਰ ਜੀ ਵੀ ਕਹਿੰਦੇ ਨੇ ਉਹ ਹਜੂਰ ਸਾਹਿਬ ਗਤਕਾ ਸਿਖਾਉਂਦਾ ਹੈ ਜਿਹੜਾ ਵੀ ਸੱਜਣ ਕੋਈ ਨੇਚਾ ਨਾਲ ਪ੍ਰੇਮ ਨਾਲ ਗਤਕਾ ਸਿੱਖਣਾ ਚਾਹੇ ਅਸੀਂ ਹਜੂਰ ਸਾਹਿਬ ਗਏ